ਐਸ ਵੇਲੇ ਅਸੀਂ ਖੜੇ ਆਂ ਪਿੰਡ ਸਰਾਮਾ ਬੋਤਲਾ ਤੁਸੀਂ ਮੇਰੇ ਇਧਰਲੇ ਹੱਥ ਬੋਰਡ ਦੇਖ ਰਹੇ ਹੋ ਸੈਪਰੇਸ਼ਨ ਦੇ ਵਿੱਚ ਰਹਿਣ ਕਰਕੇ ਹੀ ਇਹ ਹੋਇਆ ਕੋਈ ਮਰਡਰ ਨਹੀਂ ਹੈਗਾ ਇਹ ਜੀ ਵੀ ਸਾਨੂੰ ਵੀ ਅਸੀਂ ਇਹ ਡਾਟ ਕਲੀਅਰ ਕੀਤਾ ਹੈ ਵੀ ਸੀਸੀਟੀਵੀ ਕੈਮਰੇ ਅਸੀਂ ਚੈੱਕ ਕੀਤੇ ਆ ਸਾਰੇ ਜਿਹੜੇ ਉਧਰ ਨੂੰ ਜਾਂਦੇ ਸੀਗੇ ਜੀ ਵੀ ਇਕੱਲਾ ਹੀ ਗਿਆ ਹੈ ਕੋਈ ਉਹੋ ਜੀ ਗੱਲ ਨਹੀਂ ਹੈਗੀ ਬਹੁਤ ਖਿਆਈ ਆ ਕੋਈ ਜੀਵ ਨਹੀਂ ਉਹਨੂੰ ਸਾਨੂੰ ਉੱਤਨਹੀਂ ਡਾਉਂਡੌਲੀ ਵੱਜਦੇ ਫਿਰਦੇ ਆ ਮਾਲ ਡੰਗਰਿਆ ਸਾਰਾ ਕਬਜੀਆ ਹੁਣ ਸਾਹਮਣਾ ਲਾ ਕੋਈ ਨਹੀਂ ਹੈਗਾ ਕੀ ਜਿਉਣਿਆ ਬੱਚਿਆ ਉਹ ਗਰੁੱਪ ਤਾਂ ਚੱਲ ਰਿਹਾ ਗਰੁੱਪ ਤੇ ਐਵੇਂ ਕੋਈ ਵਾਰਦਾਤ ਕਰਦਾ ਹੁਣ ਅਸੀਂ ਥੋੜਾ ਹਰੇਕ ਬੰਦੇ ਦੇ ਨਾਲ ਤੁਰੇ ਫਿਰਦੇ ਹੁਣ ਜੇ ਸਾਡੇ ਘਰੋਂ ਇੱਕ ਗੈਂਗਸਟਰ ਬਣ ਗਿਆ ਹੁਣ ਸਾਰੇ ਤਾਂ ਨਹੀਂ ਗੈਂਗਸਟਰ ਅਸੀਂ 7-8 ਮੁੰਡੇ ਇੱਥੇ ਐਸੇ ਚਾਚੇ ਦਾ ਰਹਿੰਦੇ ਸਾਰੇ ਇਹ ਇੱਕ ਮਾੜਾ ਨਿਕਲ ਗਿਆ ਸਾਰੇ ਤਾਂ ਨਹੀਂ ਮਾੜੇ ਹੁਣ ਸਾਰਿਆਂ ਨੂੰ ਮਾੜਾ ਹੁਣ ਕੱਲ ਸੀ ਸੰਸਕਾਰ ਤੇ ਪੁਲਿਸ ਉੱਥੇ ਵੀ ਲੱਗੀ ਹੈ ਸਿਵਲ ਵਰਕਰ ਵੀ ਲੱਗੇ ਕੌਣ ਆਇਆ ਕੌਣ ਨਹੀਂ ਆਇਆ ਅਕਸਰ ਜੇ ਗੈਂਗਸਟਰ ਦੇ ਮਾਰੇ ਤੇ ਗੈਂਗਸਟਰ ਹੀ ਆਉਣਗੇ ਉਸਦੇ ਘਰੇਲੂ ਵੀ ਆ ਸਕਦੇ ਆ ਉਹਦੇ ਨਾਲ ਪੜਨ ਵਾਲੇ ਵੀ ਆ ਸਕਦੇ ਆ ਹਰੇਕ ਬੰਦਾ ਆ ਸਕਦਾ ਉੱਥੇ ਹਰੇਕ ਤਾਂ ਨਹੀਂ ਉੱਥੇ ਵੀ ਗੌਂਡਰੀ ਆਉਣਗੇ ਕਦੇ ਬਾਪੂ ਜੀ ਨੇ ਦੱਸਿਆ ਨਹੀਂ ਵੀ ਮੈਂ ਦਿਮਾਗ ਤੇ ਤਬੂ ਜਿਆ ਬਹੁਤ ਰੱਖਦਾ ਸੀ ਜਿਉਂ ਇੱਕ ਆਕਾ ਗੁਜਰਿਆ ਤੇ ਜਿਉਂ ਰੋਣਾ ਟੈਨਸ਼ਨ ਨਹੀਂ ਬੜੀ ਲੈਂਦਾ ਰੋਟੀ ਉਹਨਾਂ ਦੀ ਅਧੀ ਹੋ ਗਈ ਸੀ ਰੋਟੀ ਕੱਟ ਖਾਂ ਲਗੀ ਸੀ ਬਾਪੂ ਜੀ ਕੱਟ ਬਹੁਤ ਖਰਾਕ ਕਟਾਉਂਦੀ ਸੀ ਬਹੁਤ ਖਰਾਕ ਜੇ ਬਾਹਰ ਰਹਿਣ ਕੱਲ ਮਾੜੀ ਜੀ ਕਰਨੀ ਤੇ ਪਹਿਲਾਂ ਰੋਣ ਡੈ ਪੈਣਾ ਥੋੜਾ ਸੈਂ ਹੈ ਕਿ ਪਿਛਲੇ ਸਾਲ ਲੈ ਗਏ ਹੁਣ ਮੈਨੂੰ ਤੇ ਚਾਚੇ ਨੂੰ ਲੈ ਜਾਂਦੇ ਹੁਣ ਮੇਰਾ ਵੀ ਡੈਥ ਸਰਟੀਫਿਕੇਟ ਕੁਛ ਵੀ ਆਉਂਦਾ ਮੇਰੇ ਸਾਈਨ ਹੁੰਦੇ ਹੁਣ ਮੈਂ ਮੋਢੀ ਅਕਸਰ ਮੈਂ ਘਰ ਦਾ ਮਰਾ ਮੈਂ ਹੁਣ ਤਾਈ ਦੇ ਨਾਲ ਮੈਂ ਜਾਣਾ ਸੀ ਮੈਨੂੰ ਚੱਕਣ ਲੱਗ ਗਏ ਵੀ ਹਰ ਡੈਥ ਸਰਟੀਫਿਕੇਟ ਦੇ ਨਾਂ ਆ ਜਾਂਦਾ ਕਿਤੇ ਵਕੀਲ ਦੀ ਕਾਰਵਾਈ ਨਾ ਸਾਈਨ ਮੇਰੇ ਆ ਚਾਚੇ ਦੇ ਅਸੀਂ ਕਿਤੇ ਕੇਸ ਤੇ ਜਾਣਾ ਅਸੀਂ ਜਾਣਾ ਹੁਣ ਕੋਈ ਹੁੰਦੀ ਹੈ ਹੋਰ ਤੱਕ ਫੈਮਿਲੀ ਮੈਂ ਜੇ ਜੀ ਜਾਣਾ ਵੀ ਹੁਣ ਜੇ ਉਹ ਕਾਊਂਟਰ ਬਣ ਕੇ ਹੁਣ ਸਾਰੇ ਤਾਂ ਨਹੀਂ ਕਾਊਂਟਰ ਬਣ ਕੇ ਨਹੀਂ ਪੁਲਿਸ ਹਰੇਕ ਨੂੰ ਮਾੜੀ ਅੱਖ ਨਾਲ ਦੇਖਦੀ ਕਿਸੇ ਨੂੰ ਚੰਗੀ ਨਾਲ ਵੀ ਦੇਖਣਾ ਚਾਹੀਦਾ ਜੀ ਲਾਲੋ ਵੀ ਇੱਕ ਉਹਨ ਤਾਂ ਇੰਨੇ ਡਿਪਰੈਸਟ ਜਾ ਕੇ ਸੁਸਾਈਡ ਕਰ ਲਿਆ ਅਕਸਰ ਸਾਡਾ ਵੀ ਕੀ ਕਰਦਾ ਵੀ ਜੇ ਸਾਨੂੰ ਤੰਗ ਕਰਦੇ ਅਸੀਂ ਵੀ ਸੁਸਾਈਡ ਕਰ ਸਕਦੇ ਉਹ ਪੁੱਤਾਂ ਦਾ ਬਹੁਤ ਪਿਆਰ ਸੁਨੇਹੀ ਰੱਖਣਾ ਮੈਂ ਕਿਹਾ ਉਹ ਉਹ ਰਿਆਲ ਤੇ ਜਿੰਦਰ ਤੋਂ ਜਦੋਂ ਆ ਦੇ ਨਾਲ ਕੋਲ ਤਾਂ ਕੋਈ ਛੱਟ ਪੇਟ ਲਾ ਦੂਕਰ ਮਾਦਾ ਮੈਨੂੰ ਨੀਂਦ ਨਹੀਂ ਆਉਂਦੀ ਉਹ ਨਾ ਤੇ ਨਾ ਕੋਈ ਨਹੀਂ ਲੈਂਦਾ ਮੈਂ ਉਹ ਘੁਰਨੇ ਵੀ ਉੱਤੇ ਸਰ ਤਾਂ ਇਹਨੇ ਤੁਸੀਂ ਲਾ ਲਓ ਵੀ 2018 ਦਾ ਇਨਕਾਊਂਟਰ ਹੋਇਆ ਹੈ 5 ਸਾਲ ਤੌਰਚਰ ਚੱਲਿਆ ਹੰਨੇ ਆਹ ਤੂੰ 5 ਸਾਲ ਹੁਣ ਪੂਰੇ ਹੋਣ ਤੋਂ ਬਾਅਦ 6ਵੇਂ ਸਾਲ ਉਹਨੇ ਸੁਸਾਈਡ ਕਰ ਲਿਆ ਸਰ ਉਹਨੂੰ ਮੈਂਟਲੀ ਅਫਸਰ ਵੱਧਾ ਜਾਂਦਾ ਨਾ ਜਿਵੇਂ ਬੰਦਾ ਬਜ਼ੁਰਗ ਹੁੰਦਾ ਮੈਂਟਰੀ ਸ਼ਕਤੀ ਵੀ ਘਟਦੀ ਜਾਂਦੀ ਹੈ ਇਹ ਸਾਨੂੰ ਅਸਲੀਅਤ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਜਾਣ ਦਾ ਕਾਰਨ ਹੈ ਵੀ ਜਿਹੜੀਆਂ ਸਰਕਾਰਾਂ ਨੇ ਕੁਝ ਜਿਵੇਂ ਪਿੱਛੇ ਪਿਛਲੇ ਸਾਲ ਉਹ ਦੋ ਐਸਐਚਓ ਦਾ ਕਤਲ ਹੋਇਆ ਸੀ ਮੋਗੇ ਦੇ ਲਾਗੇ ਏਐਸਆਈ ਤੇ ਉਹਨਾਂ ਦੇ ਕਤਲ ਦੇ ਪਿੱਛੇ ਸਾਨੂੰ ਫੇਰ ਮੈਨੂੰ ਤੇ ਇਸ ਮੁੰਡੇ ਨੂੰ ਮੇਰੇ ਭਤੀਜੇ ਨੂੰ ਲੈ ਕੇ ਫੜ ਕੇ ਅਜੇ ਵੀ ਡਰਾਂ ਜੀ ਜਦੋਂ ਪੁਲਿਸ ਉਹ ਆਦੇ ਜਿਹੋ ਇਹਦੇ ਇੱਕ ਦਾਗੀ ਹੋ ਜੇ ਵੀ ਪਰਿਵਾਰ ਸਾਰਿਆਂ ਨੂੰ ਦਾਗੀ ਕਰਨਾ ਨਹੀਂ ਗੱਲ ਹੈ ਜਿਹੜਾ ਆਪਣੀ ਪ੍ਰੋਟੈਕਸ਼ਨ ਦੇ ਕੇ ਸਰਕਾਰ ਉਹਨਾਂ ਨੂੰ ਕਰਕੇ ਵੀ ਹਾਂ ਵੀ ਤੁਹਾਨੂੰ ਅਸੀਂ ਸਹੀ ਗਾਈਡ ਕਰਕੇ ਸਹੀ ਲਾਈਨ 'ਚ ਲਿਆਉਣੇ ਆਂ ਨੇ ਕੰਮ ਲਈ ਬੰਦੇ ਤੋਂ ਨਸ਼ਾ ਚੜਾਇਆ ਜਾਂਦਾ ਸੈਂਟਰ ਖੋਲੀ ਹੋਈ ਹੈ ਤੇ ਇਹਨਾਂ ਵਾਸਤੇ ਵੀ ਸੈਂਟਰ ਖੋਲੀ ਹੈ ਮੈਂਟਲੀ ਅਫਸਰੀਆਂ ਵਾਸਤੇ ਅਫਸਰ ਸੰਤੰਨ ਦੇਣਾ ਪੈਣਾ ਨੂੰ ਸਹੀ ਕਰਨ ਵਾਸਤੇ ਕੋਈ ਇਹਨਾਂ ਵਾਸਤੇ ਵੀ ਸੈਂਟਰ ਹੋਣੇ ਚਾਹੀਦੇ ਆ ਨਾ ਵੀ ਗੈਂਗਸਟਰ ਲਾਈਨ ਨੂੰ ਸਹੀ ਟਾਈਮ 'ਤੇ ਆਉਣ ਵਾਸਤੇ ਆਪਦੀ ਕਿਰਤ ਕਰਨ ਤੇ ਆਪਦਾ ਘਰ ਚਲਾਉਣ ਦੀ ਲੀਡਰਾਂ ਤੋਂ ਕੀ ਲੈਣਾ ਲੀਡਰਾਂ ਨੇ ਕੀ ਦੇਣਾ ਨਸ਼ਾ ਦੇਣਾ ਲੀਡਰਾਂ ਨੇ ਕੀ ਦੇਣਾ ਆਪਦੀਆਂ ਵੋਟਾਂ ਵਾਸਤੇ 5 ਸਾਲ ਦੇ ਵਿੱਚ 6 ਮਹੀਨੇ ਉਹਨਾਂ ਯੂਜ਼ ਕਰਨਾ ਉਸ ਤੋਂ ਬਾਅਦ ਕੰਮ ਇਹਨਾਂ ਤੋਂ ਲੈ ਕੇ ਉਸ ਤੋਂ ਬਾਅਦ ਜੋ ਮਰਜ਼ੀ ਕਰਾ ਸਕਦੇ ਲੀਡਰਾਂ ਦੇ ਹੱਥ ਕੀ ਨਾ ਹੋਣ ਫੈਕਟਰੀਆਂ ਦਾ ਰੌਲਾ ਦੇਖ ਲਓ ਲੀਡਰਾਂ ਦੀਆਂ ਫੈਕਟਰੀਆਂ ਤੇ ਜੀਵਨਦਾਰ ਧਰਨਾ ਲਾਉਂਦੇ ਫਿਰਦੇ ਆ ਬਿਮਾਰੀਆਂ ਨਾਲ ਜੀਵਨਦਾਰ ਐਸ ਵੇਲੇ ਅਸੀਂ ਖੜੇ ਆਂ ਪਿੰਡ ਸਰਾਮਾ ਬੋਦਲਾ ਤੁਸੀਂ ਮੇਰੇ ਇਧਰਲੇ ਹੱਥ ਬੋਰਡ ਦੇਖ ਰਹੇ ਹੋ ਪਿੰਡ ਸਰਾਮਾ ਬੋਦਲਾ ਦੀ ਜੂਤੇ ਖੜੇ ਆਂ ਹਰਜਿੰਦਰ ਸਿੰਘ ਭੁੱਲਰ ਤੋਂ ਵਿੱਕੀ ਗੌਂਦਰ ਬਣੇ ਉਸ ਗੈਂਗਸਟਰ ਦਾ ਪਿੰਡ ਆ ਇਹ ਔਰ ਹੁਣੇ-ਹੁਣੇ ਜਿਹੜੀਆਂ ਨੇ ਖਬਰਾਂ ਨਿਕਲ ਕੇ ਆਉਂਦੀਆਂ ਨੇ ਕਿ ਵਿੱਕੀ ਗੌਂਦਰ ਦਾ ਪਿਤਾ ਜਿਹੜਾ ਖੁਦਕੁਸ਼ੀ ਕਰ ਜਾਂਦੇ ਨੇ ਖੁਦਕੁਸ਼ੀ ਹੈ ਜਾਂ ਮੜ ਰਿਹਾ ਹੈ ਇਹ ਉਹਨਾਂ ਦੇ ਘਰ ਵਾਲਿਆਂ ਨਾਲ ਗੱਲਬਾਤ ਕਰਾਂਗੇ ਆਪਾਂ ਜਾਣਾਂਗੇ ਸਾਰੀ ਗੱਲਬਾਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਜਾਣਦੇ ਹਾਂ ਕਹਾਣੀ ਕੀ ਹੈ ਜੀ ਤੇ ਕੱਲ ਜਿਹੜਾ ਵਾ ਉਹਨਾਂ ਦੇ ਪਿਤਾ ਜੀ ਦਾ ਮ੍ਰਿਤਕ ਦੇ ਦਾ ਸੰਸਕਾਰ ਹੋਇਆ ਖਬਰਾਂ ਬਹੁਤ ਉੱਡੀਆਂ ਵੀ ਕਤਲ ਹੋਇਆ ਜਾਂ ਖੁਦਕੁਸ਼ੀ ਹੋਈ ਸਾਰੀ ਜਾਣਕਾਰੀ ਜਿਹੜੀ ਆ ਪਰਿਵਾਰ ਵਾਲਿਆਂ ਤੋਂ ਪਰਿਵਾਰਕ ਮੈਂਬਰਾਂ ਤੋਂ ਲੈਣੀ ਆ ਆਓ ਲੈ ਚੱਲਦੇ ਹਾਂ ਪਰਿਵਾਰਕ ਮੈਂਬਰਾਂ ਦੇ ਕੋਲ ਬਬਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੈਠੋ ਜੀ ਬੈਠੋ ਜੀ ਬੜੇ ਦੁੱਖ ਦੀ ਗੱਲ ਆ ਪਰਿਵਾਰ ਦੇ ਵਿੱਚੋਂ ਹਨਾ ਇੱਕ ਮੋਤਵਾਰ ਦਾ ਮੋਢੀ ਦਾ ਚਲੇ ਜਾਣਾ ਇੱਕ ਵੱਡਾ ਘਾਟਾ ਜਿਹੜਾ ਪਰਿਵਾਰ ਨੂੰ ਪਿਆ ਉਸ ਤੋਂ ਪਹਿਲਾਂ 2018 ਦੇ ਵਿੱਚ ਜਿਹੜਾ ਘਾਟਾ ਪਿਆ ਉਹ ਵੀ ਪਰਿਵਾਰ ਦੇ ਲਈ ਤਾਂ ਕਿਤੇ ਨਾ ਕਿਤੇ ਨਾਸਹਿਣਯੋਗ ਵਾਲਾ ਸੀਗਾ ਜੀ ਜੀ ਬੜਾ ਵੱਡਾ ਘਾਟਾ ਸਾਡੇ ਵਾਸਤੇ ਕਿਉਂਕਿ ਸਾਡਾ ਜਿਹੜਾ ਘਰ ਸੀ ਇਹਨਾਂ ਦਾ ਵੀ ਹੁਣ ਇਹਦੇ ਨਾਂ ਤੇ ਹੀ ਚੱਲਦਾ ਪਿਆ ਸੀਗਾ ਤੇ ਵਿੱਕੀ ਕਾਊਂਟਰ ਤੇ ਜਾਣ ਤੋਂ ਮਗਰੋਂ ਸਾਡੇ ਬ੍ਰਦਰ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿਣ ਲੱਗੇ ਸੀਗੇ ਡਿਪਰੈਸ਼ਨ ਦੇ ਵਿੱਚ ਰਹਿਣ ਕਰਕੇ ਹੀ ਉਹ ਇਹੋ ਜਿਹੇ ਜਦੋਂ ਕਿਤੇ ਖਾਣਾ ਖਾਣ ਲੱਗਣਾ ਰਾਤ ਨੂੰ ਪੈਗ ਲਾਉਂਦੇ ਹੁੰਦੇ ਸੀਗੇ ਖਾਣਾ ਖਾਣ ਲੱਗਾ ਉਹਨੇ ਆਵਾਜ਼ਾਂ ਮਾਰਨੀਆਂ ਪੁੱਤਰ ਮੈਂ ਖਾਣਾ ਖਾਣ ਲੱਗਾ ਵੀ ਤੂੰ ਹੁਣ ਕਿੱਥੇ ਹੋਵੇਂਗਾ ਭੁੱਖਾ ਐ ਕਿ ਖਾਦਾ ਐ ਕਿ ਨਹੀਂ ਖਾਦਾ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਜੀ ਐਸਐਮ ਮੈਂ ਦੱਸ ਦੇਵਾਂ ਵੀ ਪਰਿਵਾਰਕ ਮੈਂਬਰਾਂ ਦੇ ਕੋਲ ਬੈਠੇ ਆ ਸੀ ਔਰ ਚਾਚਾ ਜੀ ਮੇਰੇ ਨਾਲ ਗੱਲ ਕਰ ਰਹੇ ਨੇ ਗੋਂਡਰ ਵਿੱਕੀ ਗੋਂਡਰ ਬਾਈ ਦੇ ਚਾਚਾ ਜੀ ਹਨਾ ਜਗਦੀਸ਼ ਸਿੰਘ ਜੀ ਜਗਦੀਸ਼ ਸਿੰਘ ਜੀ ਨਾਲ ਸਾਡੀ ਗੱਲ ਹੋ ਰਹੀ ਹੈ ਨਾਲ ਤਾਇਆ ਜੀ ਬੈਠੇ ਨੇ ਜੀ ਹਾਂਜੀ ਹਾਂਜੀ ਪੂਰਾ ਪਰਿਵਾਰ ਯਾਨੀ ਕਿ ਇੱਥੇ ਅਫਸੋਸ ਚਾਚਾ ਜੀ ਇਹ ਵੀ ਚਾਚਾ ਜੀ ਚਾਚਾ ਜੀ ਨੇ ਹਾਂਜੀ ਠੀਕ ਹੈ ਕਿੰਨੇ ਤੁਸੀਂ ਭਰਾ ਹੋ ਬਾਈ ਜੀ ਅਸੀਂ 6 ਭਰਾ ਹਾਂ ਜੀ ਠੀਕ ਹੈ ਸਭ ਤੋਂ ਵੱਡੇ ਬਠਿੰਡੇ ਸੀਗੇ ਉਹਨਾਂ ਦੀ ਪਿੱਛੇ ਡੈਥ ਹੋ ਗਈ ਪਿਛਲੇ ਸਾਲ ਜੀ ਇਹ ਤੀਜੇ ਥਾਂ ਤੇ ਸੀਗੇ ਮਹਿਲ ਸਿੰਘ ਜੀ ਹਾਂ ਉਸ ਤੋਂ ਤਿੰਨ ਛੋਟੇ ਇੱਕ ਸਾਡੀ ਸਿਸਟਰ ਹੈ ਜੀ ਹਾਂਜੀ ਤੇ ਖਬਰਾਂ ਬਹੁਤ ਉੱਡੀਆਂ ਵੀ ਕਿਸੇ ਨੇ ਮਾਰ ਦਿੱਤਾ ਆ ਜਾਂ ਖੁਦਕੁਸ਼ੀ ਆ ਇਹਦੇ ਬਾਰੇ ਵੀ ਜਰੂਰ ਦੱਸਿਆ ਜਾ ਵੀ ਇਹ ਡਿਪਰੈਸ਼ਨ ਚ ਸੀਗੇ ਤਾਂ ਹੀ ਡਿਪਰੈਸ਼ਨ ਦੇ ਵਿੱਚ ਰਹਿਣ ਕਰਕੇ ਹੀ ਇਹ ਹੋਇਆ ਕੋਈ ਮਰਡਰ ਨਹੀਂ ਹੈਗਾ ਇਹ ਜੀ ਵੀ ਸਾਨੂੰ ਵੀ ਅਸੀਂ ਇਹ ਡਾਟ ਕਲੀਅਰ ਕੀਤਾ ਹੈ ਵੀ ਸੀਸੀਟੀਵੀ ਕੈਮਰੇ ਅਸੀਂ ਚੈੱਕ ਕੀਤੇ ਸਾਰੇ ਜਿਹੜੇ ਉਧਰ ਨੂੰ ਜਾਂਦੇ ਸੀਗੇ ਜੀ ਵੀ ਇਕੱਲਾ ਹੀ ਗਿਆ ਹੈ ਕੋਈ ਉਹੋ ਜੀ ਗੱਲ ਨਹੀਂ ਹੈਗੀ ਵੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿਣ ਕਰਕੇ ਹੀ ਇਹ ਇਨੇ ਕਦਮ ਚੁੱਕਿਆ ਕਈ ਦਿਨਾਂ ਤੋਂ ਹੁਣ ਲੋਕੀ ਦੱਸਦੇ ਆ ਵੀ ਉਸ ਸਾਈਡ ਨੂੰ ਕਈ ਵਾਰ ਜਾਂਦਾ ਹੁੰਦਾ ਸੀਗਾ ਵੀ ਅਸੀਂ ਪੁੱਛਣਾ ਵੀ ਤੁਸੀਂ ਇੱਧਰ ਕਿੱਧਰ ਫਿਰਦੇ ਜੇ ਕੋਈ ਤੁਹਾਡਾ ਇੱਧਰ ਹੈ ਨਹੀਂ ਤੇ ਇਹ ਕਹਿਣਾ ਵੀ ਮੈਂ ਇੱਧਰ ਜ਼ਮੀਨ ਠੇਕੇ ਲਈਏ ਇਹੋ ਜੀਆਂ ਗੱਲਾਂ ਕਰ ਦਿੰਦੇ ਸੀ ਤੇ ਜੇਕਰ ਬਾਈ ਦੀ ਗੱਲ ਕਰੀਏ ਵਿੱਕੀ ਗੌਂਡਰ ਦੀ ਤੇ ਨੈਸ਼ਨਲ ਪਲੇਅਰ ਵੀ ਰਹੇ ਨੇ ਔਰ ਚੰਗੀਆਂ ਜਿਹੜੀਆਂ ਖੇਡ ਐਕਟੀਵਿਟੀਆਂ ਸੀਗੀਆਂ ਉਹਨਾਂ ਦੀਆਂ ਖੇਡ ਔਰ ਪੜ੍ਹਾਈ ਦੇ ਵਿੱਚ ਵੀ ਮੈਂ ਸੁਣਿਆ ਰਹੇ ਆ ਔਰ ਗੌਂਡਰ ਜਿਹੜਾ ਨਾਮ ਹੈ ਉਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਦਿੱਤਾ ਸੀ ਇਹ ਗੱਲ ਸੱਚ ਹੈ ਹਾਂਜੀ ਹਾਂਜੀ ਇਹ ਜਦੋਂ 6ਵੀਂ 7ਵੀਂ ਦੇ ਵਿੱਚ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਸਰਾਮਾ ਬੋਦਲਾ ਪੜ੍ਹਨ ਲੱਗੇ ਆ ਉੱਥੇ ਇਹਨਾਂ ਨੂੰ ਜਿਹੜੇ ਪ੍ਰਿੰਸੀਪਲ ਸਾਹਿਬ ਸੀ ਇਹ ਮੁੰਡੇ 7-8 ਮੁੰਡੇ ਲੈ ਕੇ ਤੇ ਇਹਨੇ ਬਾਹਰ ਖੇਡ ਦੇ ਕੋਡ ਦੇ ਰਹਿਣਾ ਉਹਨੇ ਅਖਣਾ ਇੱਧਰ ਆ ਕੇ ਪੜੋ ਵੀ ਤੁਸੀਂ ਕਲਾਸ ਨਹੀਂ ਟੈਂਡ ਕਰਦੇ ਜੀ ਇਹਨੇ ਨਾ ਆਉਣਾ ਤੇ ਉਹਨੇ ਕਿਹਾ ਤੂੰ ਵੱਖਰਾ ਹੀ ਗੌਂਡਰ ਬਣਿਆ ਫਿਰਦਾ ਇਹਨਾਂ ਨੂੰ ਮੁੰਡਿਆਂ ਨੂੰ ਲੈ ਕੇ ਨਾ ਤੂੰ ਤਾਂ ਪੜ੍ਹਨਾ ਨਹੀਂ ਇਹਨਾਂ ਨੂੰ ਨਹੀਂ ਪੜ੍ਹਨ ਦਿੰਦਾ ਤੇ ਇਸ ਕਰਕੇ ਇਥੋਂ ਹੀ ਇਹਦਾ ਨਾਂ ਗੌਂਡਰ ਮਸ਼ਹੂਰ ਹੋ ਗਿਆ ਉਹ ਸੀਗਾ ਨਾਮ ਹਰਜਿੰਦਰ ਸਿੰਘ ਪੋਲਰ ਹਾਂਜੀ ਕਰੇ ਜਿੰਦਰਾਂ ਦੇ ਸੀ ਜਿੰਦਰ ਕਰੇ ਛੋਟਾ ਨਾਮ ਜਿੰਦਰਾਂ ਦੇ ਸੀ ਕਰੇ ਮਾਪਿਓ ਦੇ ਜਿੰਦਰ ਨਾਮ ਰੱਖਿਆ ਸੀ ਜੀ 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 ਹਾਂਜੀ ਹਾਂਜੀ ਜੀ ਤੇ ਇਧਰ ਵੀ ਬਾਈ ਜੀ ਹੋਣੀ ਉਹਨਾਂ ਦੇ ਭਰਾ ਬੈਠੇ ਨੇ ਜੀ ਹਾਂਜੀ ਹਾਂਜੀ ਪਰਵਾਰਕ ਚੋਂ ਤੇ ਬਈ ਤੁਹਾਡੇ ਨਾਲ ਤਾਂ ਅਕਸਰ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੋਣਗੀਆਂ ਉਹੀ ਪਰਿਵਾਰਕ ਮਾਹੌਲ ਜਿਹੜਾ ਸੀਗਾ ਹਣਾ ਹਾਂਜੀ ਤੇ ਘਰੇ ਘਰੇਲੂ ਮਾਹੌਲ ਤਾਂ ਆਮ ਜਿਹੇ ਮੁੰਡੇ ਹੁੰਦੇ ਆ ਆਮ ਜਿਹਾ ਹੀ ਮਾਹੌਲ ਸੀਗਾ ਘਰੇ ਵੀ ਸਾਡਾ ਤਾਂ ਬਹੁਤ ਵਧੀਆ ਮਾਹੌਲ ਸੀ ਕਿਉਂਕਿ ਅਸੀਂ ਡੈਡੀ ਰਿਸ਼ੇ ਭਰਾ ਹੁਣ ਕਰਕੇ ਅਸੀਂ ਸਾਰੇ ਛੋਟੇ ਸਾਰੇ ਬ੍ਰਦਰ ਇੱਕ ਦੂਜੇ ਨਾਲ ਖੇਡਦੇ ਰਹਿਣਾ ਇੱਕ ਦੂਜੇ ਨਾਲ ਇੱਥੇ ਕੰਮ ਕਰਨਾ ਰਲ ਕੇ ਕੰਮ ਕਰਨਾ ਸਾਰਾ ਕੁਝ ਇਕੱਠੇ ਕਰਦੇ ਸੀ ਸਕੂਲ ਵੀ ਅਸੀਂ ਇੱਕੋ ਵੇਨ ਤੇ ਜਾਂਦੇ ਸੀ ਸਾਡੇ ਨਾਲ ਤਾਂ ਵੇਨ ਇੱਥੇ ਭਰ ਜਾਂਦੀ ਵੇਨ ਪਹਿਲਾਂ ਖਾਲੀ ਆਉਣੀ ਇੱਥੇ ਆ ਕੇ ਵੇਨ ਫੁੱਲ ਹੋ ਜਾਂਦੀ ਵੀ ਸਾਰੇ ਇੱਕੇ ਸਕੂਲ ਜਿਵੇਂ ਜਾਣਾ ਵੀ ਇੱਕੇ ਵੈਣੀ ਜਿੱਤੇ ਜਾਂਦੇ ਹੁੰਦੇ ਸੀ ਅਸੀਂ ਮਤਲਬ ਵੈਨ ਲੈਣ ਆਉਣੀ ਵੈਨ ਭਰ ਜਾਣੀ ਅਕਸਰ 6 ਪਰਿਵਾਰ ਨੇ ਤੇ 6ਾਂ ਦੇ ਜੀ ਵੀ ਬਹੁਤ ਹੁੰਦੇ ਆ ਹਾਂਜੀ ਕਿੰਨੇ ਜੀ ਸੀ ਟੋਟਲ ਜਦੋਂ ਪੜ੍ਹਦੇ ਸੀ ਪੜ੍ਹਦੇ ਤੁਸੀਂ ਲਾ ਲਓ ਹੈਗੇ ਸੀ ਹਾਂਜੀ 12 12 12 ਜਵਾਕ ਹਾਂਜੀ ਹਾਂਜੀ ਤਿੰਨ ਭੈਣ ਭਰਾ ਤੇ ਇਹੀ ਸੀਗੇ ਤਿੰਨ ਤੇ ਤਿੰਨ ਤਾਇਆ ਜੀ ਕੇ ਔਰ ਦੇ ਵੀ ਬਾਕੀ ਚਾਚੇ ਦੇ ਲਾ ਕੇ ਵੀ ਸਾਡੇ ਹੈਗੇ 8 9 10 ਜਣੇ ਹੈਗੇ ਸੀ ਅਸੀਂ ਵੀ ਇਥੋਂ ਜਦ ਇਕੱਠੇ ਚੜਦੇ ਸੀ ਇਕੱਠੇ ਉਤਰਨਾ ਉਥੇ ਇਕੱਠੇ ਰੋਟੀ ਪਾਣੀ ਖਾਣਾ ਇਹ ਤੇ ਖੇਤ ਜਾਣਾ ਇਕੱਠੇ ਖੇਡਣ ਜਾਣਾ ਸਾਰਾ ਕੁਝ ਇਕੱਠੇ ਕਰਦੇ ਸੀ ਜੀ ਵਿੱਕੀ ਕੇ ਪਰਿਵਾਰ ਚੋਂ ਕੌਣ ਕੌਣ ਕਿੰਨੇ ਭਰਾ ਸੀਗੇ ਟੋਟਲ ਉਹ ਆਪ ਵਿੱਕੀ ਇਕੱਲਾ ਸੀ ਦੋ ਸਿਸਟਰ ਹੈ ਦੋ ਭੈਣਾਂ ਨੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਦੋ ਭੈਣਾਂ ਵੀ ਹੁਣ ਪਰਿਵਾਰ ਦੇ ਵਿੱਚ ਆਈ ਹੋਣਗੇ ਦੁੱਖ ਬਣਾਉਣਾ ਮਾਂ ਤੇ ਇਸ ਵੇਲੇ ਬਾਈ ਜੀ ਵੱਡਾ ਜਿਹੜਾ ਵਾ ਹਨਾ ਕਹਿ ਸਕਦੇ ਆ ਮਾਂ ਦੇ ਲਈ ਤਾਂ ਇੱਕ ਪੁੱਤ ਪੋਤੀ ਹੁੰਦਾ ਨਾ ਜੀ ਮਾਂ ਲਈ ਪੁੱਤ ਤਾਂ ਜਿਹੜਾ ਘਾਟ ਹੁਣ ਇਸ ਵੇਲੇ ਮਹਿਲ ਸਿੰਘ ਦੇ ਜਾਣ ਕਰਕੇ ਉਹ ਜਮਾਂ ਹੀ ਇਕੱਲੇ ਰਹਿ ਗਏ ਕਿਉਂਕਿ ਉਹਨਾਂ ਦੀ ਛੋਟੀ ਬੇਟੀ ਜੇ ਥੋੜਾ ਚਿਰ ਪਹਿਲਾਂ ਬਾਹਰ ਗਏ ਨੇ ਜਰਮਨ ਚ ਗਈ ਹੈ ਜਰਮਨ ਦੇ ਵਿੱਚ ਤੇ ਛੋਟੀ ਭੈਣ ਬਾਹਰ ਗਏ ਨੇ ਹਾਂ ਬਸ ਸਿਰਫ 2 ਮਹੀਨੇ ਦਸੰਬਰ ਚ ਨਵੰਬਰ ਚ ਗਏ ਨੇ ਜੀ ਤੇ ਵੱਡੇ ਉਰੇ ਨਹੀਂ ਹਾਂ ਵੱਡੇ ਉਰੇ ਉਹਨਾਂ ਦੀ ਮੈਰਿਜ ਹੋਈ ਹੈ ਉਹਨਾਂ ਦੇ ਦੋ ਬੱਚੇ ਨੇ ਠੀਕ ਹੈ ਹਾਂ ਜੀ ਪਰ ਉਹ ਆਪਦੇ ਘਰ ਆਲੇ ਨੇ ਹੁਣ ਉਹਨਾਂ ਦਾ ਵੀ ਰਹਿਣਾ ਇੱਥੇ ਔਖਾ ਹੈ ਹੁਣ ਵਿਕੀ ਦੀ ਮਦਰ ਜਿਹੜੀ ਹੁਣ ਬਿਲਕੁਲ ਇਸ ਟਾਈਮ ਇਕੱਲੇ ਨੇ ਇਕੱਲੇ ਨੇ ਪਰ ਕਿਤਨੇ ਤੁਸੀਂ ਤਾਂ ਪਰਿਵਾਰ ਦੇ ਜੀਓ ਨਾਲ ਤੇ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਤਾਂ ਖੜੇ ਹੋ ਸਾਰੇ ਅਸੀਂ ਤਾਂ ਨਾਲ ਹੀ ਪਰ ਜਿਹੜੀ ਗੱਲ ਉਹਨਾਂ ਦੀ ਆਪਸ ਵਿੱਚ ਪਰਿਵਾਰ ਦੀ ਏ ਉਹ ਅਸੀਂ ਉਹ ਘਾਟਾ ਨਹੀਂ ਪੂਰਾ ਕਰ ਸਕਦੇ ਹਾਂ ਹਾਂ ਜਿਹੜੇ ਆਪ ਦੇ ਪੁੱਤ ਦੀ ਜਿਹੜੀ ਕਮੀ ਹੁੰਦੀ ਆ ਔਰ ਆਪਣੇ ਘਰ ਵਾਲੇ ਦੀ ਜਿਹੜੀ ਕਮੀ ਹੁੰਦੀ ਆ ਉਹ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਘਾਟਾ ਮੈਂ ਕਹੂੰਗਾ ਪਰਿਵਾਰ ਨੂੰ ਬਹੁਤ ਬਹੁਤ ਵੱਡਾ ਘਾਟਾ ਪਿਆ ਜੀ ਜੇ ਸਾਨੂੰ ਅਸਲੀਅਤ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਜਾਣ ਦਾ ਕਾਰਨ ਵੀ ਜਿਹੜੀਆਂ ਸਰਕਾਰਾਂ ਨੇ ਕੁਝ ਜਿਵੇਂ ਪਿੱਛੇ ਪਿਛਲੇ ਸਾਲ ਉਹ ਦੋ ਐਸਐਚਓ ਦਾ ਕਤਲ ਹੋਇਆ ਸੀ ਮੋਗੇ ਦੇ ਲਾਗੇ ਏਐਸਆਈ ਤੇ ਉਹਨਾਂ ਦੇ ਕਤਲ ਦੇ ਪਿੱਛੇ ਸਾਨੂੰ ਫੇਰ ਮੈਨੂੰ ਤੇ ਇਸ ਮੁੰਡੇ ਨੂੰ ਮੇਰੇ ਭਤੀਜੇ ਨੂੰ ਲੈ ਕੇ ਫੜ ਕੇ ਉੱਥੇ ਜਾ ਕੇ ਵੀ ਇਹ ਹੈ ਤੁਸੀਂ ਦੱਸੋ ਤੁਹਾਡੇ ਲਿੰਕ ਹੋਣਗੇ ਫਲਾਣਾ ਅੰਟ ਮਕਾਣਾ ਇਹੋ ਜਿਹੀਆਂ ਗੱਲਾਂ ਫਿਰ ਇਹੋ ਜਿਹੀ ਇਹ ਵੀ ਡਰਦਾ ਰਹਿੰਦਾ ਸੀ ਵੀ ਆਪਾਂ ਨੂੰ ਅਜੇ ਵਿੱਕੀ ਦੀ ਤਾਂ ਕਤਲ ਹੋ ਗਿਆ ਉਹਨ ਦਾ ਮਰਡਰ ਹੋਣ ਤੋਂ ਬਾਅਦ ਵੀ ਆਪਣਾ ਪੁਲਿਸ ਖਾੜਾ ਨਹੀਂ ਛੱਡਦੀ। ਹਾਂਜੀ। ਮਤਲਬ ਕਿਤਨੇ ਕਿਤੇ ਪਰਿਵਾਰ ਨੂੰ ਉਲਝਾਇਆ ਜਾਂਦਾ ਜੀ ਉਹਦੇ ਵਿੱਚ। ਸਾਨੂੰ ਅਜੇ ਵੀ ਡਰ ਵੀ ਪੁਲਿਸ ਸਾਡੇ ਘਰੇ ਫੇਰ ਆਏਗੀ। ਹਜੇ ਵੀ ਡਰ ਆ ਜੀ। ਜਦੋਂ ਹੁਣ ਪੁਲਿਸ ਉਹ ਆਉਂਦੇ ਜੀ ਜਿਵੇਂ ਕੋਈ ਆਉਂਦੇ ਇੱਕ ਦਾਗੀ ਹੋ ਜੇ ਵੀ ਪਰਿਵਾਰ ਸਾਰੇ ਨੂੰ ਦਾਗੀ ਕਰਨ ਵਾਲੀ ਗੱਲ ਹੈ ਜੀ। ਹੁਣ ਚੱਲ ਰਿਹਾ ਹੈ ਨਾ ਜੀ ਗਰੁੱਪ ਦਾ ਅੰਸਰ ਮੇਨ ਬੰਦਾ ਸੀ। ਹੁਣ ਗਰੁੱਪ ਤਾਂ ਚੱਲ ਰਿਹਾ ਹੈ। ਗਰੁੱਪ ਤੇ ਐਵੇਂ ਕੋਈ ਵਾਰਦਾਤ ਕਰਦਾ ਹੁਣ ਅਸੀਂ ਥੋੜਾ ਹਰੇਕ ਬੰਦੇ ਦੇ ਨਾਲ ਤੁਰੇ ਫਿਰਦੇ ਹਾਂ। ਹੁਣ ਜੇ ਸਾਡੇ ਘਰੋਂ ਇੱਕ ਗੈਂਗਸਟਰ ਬਣ ਹੂੰ ਹੁਣ ਸਾਰਿਆਂ ਨੂੰ ਮਾੜਾ ਹੁਣ ਕੱਲ ਸੀ ਸੰਸਕਾਰ ਤੇ ਪੁਲਿਸ ਉੱਥੇ ਵੀ ਲੱਗੀ ਐ ਸਿਵਲ ਵਰਦੀਆਂ ਚ ਲੱਗੇ ਕੌਣ ਆਇਆ ਕੌਣ ਨਹੀਂ ਆਇਆ ਅਕਸਰ ਜੇ ਗੈਂਗਸਟਰ ਮਾਰੇ ਤੇ ਗੈਂਗਸਟਰ ਹੀ ਆਉਣਗੇ ਉਸਤੇ ਘਰੇਲੂ ਵੀ ਆ ਸਕਦੇ ਆ ਉਹਦੇ ਨਾਲ ਪੜਨ ਵਾਲੇ ਵੀ ਆ ਸਕਦੇ ਆ ਹਰੇਕ ਬੰਦਾ ਆ ਸਕਦਾ ਉਥੇ ਜੀ ਹਰੇਕ ਤਾਂ ਨਹੀਂ ਉਥੇ ਵੀ ਗੌਂਡਰੀ ਆਉਣਗੇ ਹੂੰ ਨਾਲੇ ਆਉਣਗੇ ਵੀ ਉਹਨਾਂ ਨੂੰ ਕੀ ਆ ਉਹ ਨਾਲ ਜਿਹੜੇ ਪੜਦੇ ਰਹੇ ਸਾਰੇ ਉਹ ਆਉਣਗੇ ਹੁਣ ਪੁਲਿਸ ਮੁਲਾਜ਼ਮੀਆਂ ਦੇ ਨਾਲ ਜਿਹੜੇ ਪੜਦੇ ਰਹੇ ਪੁਲਿਸ ਮੁਲਾਜ਼ਮੀਆਂ ਲੱਗੇ ਨੇ ਹੈ ਕੋਈ ਡਾਕਟਰ ਲੱਗਾ ਕੋਈ ਕੀ ਲੱਗਾ ਕੋਈ ਸਪੋਰਟਸਮੈਨ ਚ ਹੈ ਮੈਂ ਸੁਣਿਆ ਵੀ ਜਿਹੜੇ ਟੀਚਰ ਨੇ ਗੌਂਡਰ ਨਾਮ ਰੱਖਿਆ ਉਹ ਪ੍ਰਿੰਸੀਪਲ ਨੇ ਉਹਦੇ ਦੋਏ ਜਵਾਕ ਪੁਲਿਸ ਚ ਨੇ ਹਾਂਜੀ ਦੋਨੇ ਜਵਾਕ ਪੁਲਿਸ ਚ ਨੇ ਜੀ ਫਿਰ ਉਹ ਵੀ ਤਾਂ ਆਉਂਦਾ ਕਰਕੇ ਤਾਂ ਉਹ ਤਾਂ ਐਣਾ ਜੀ ਜਿਵੇਂ ਆਪਾਂ ਜਵਾਕਾਂ ਨੂੰ ਲਾੜ ਚ ਕਹਿ ਦਿੰਨੇ ਆ ਵੀ ਹਾਂ ਯਾਰ ਤੂੰ ਗੌਂਡਰ ਬਣਿਆ ਸੀ ਵੀ ਹੁਣ ਇੱਕ ਦੂਜੇ ਨੂੰ ਕਹਿ ਦਿੰਨੇ ਯਾਰ ਤੂੰ ਬਾਲਾ ਆਕੜਦਾ ਤੂੰ ਗੌਂਡਰ ਬਣਿਆ ਫਿਰਦਾ ਉਹ ਤਾਂ ਇੱਕ ਦੂਜੇ ਨੂੰ ਮਜ਼ਾਕ ਚ ਕਹਿ ਦਿੰਨੇ ਉਹ ਤਾਂ ਇੱਕ ਸਕੂਲ ਟਾਈਮ ਦਾ ਮਜ਼ਾਕ ਹੈ ਹੂੰ ਇਹ ਮਜ਼ਾਕ ਦਾ ਨਾਮ ਸੀ ਗੌਂਡਰ ਮਜ਼ਾਕ ਦਾ ਨਾਮ ਸੀ ਇਹ ਤਾਂ ਐ ਨਾ ਵੀ ਜਿਵੇਂ ਇੱਕ ਬਾਲਾ ਤਗੜਾ ਬੰਦਾ ਹੋ ਗਿਆ ਇੱਕ ਦੂਜੇ ਨਾਲ ਲਈ ਫਿਰਦੇ ਉਹਨੂੰ ਕਹਦੇ ਨੇ ਯਾਰ ਤੂੰ ਕਿਵੇਂ ਗੌਂਡਰ ਵਾਂਗ ਬਣਿਆ ਸਿਹਤ ਬਾਈ ਦੀ ਬਾਲੀ ਸੀ ਸਿਹਤ ਬਹੁਤ ਸੀ ਖਿਡਾਰੀ ਸੀ ਨਾ ਬਹੁਤ ਤਗੜਾ ਸਿਹਤ ਬਹੁਤ ਸੀ ਉਹਦੇ ਕਰਕੇ ਵੀ ਜੋ ਵੀ ਉਹਨੂੰ ਕੰਮ ਆਖਣਾ ਨੇ ਮਿੰਟੋ-ਮਿੰਟ ਕਰ ਦੇਣਾ ਭਾਰੀ ਤੋਂ ਪਰ ਉਹਨੂੰ ਆਖਣਾ ਵੀ ਆ ਗੱਟਾ ਚੱਕ ਦੇ ਸ਼ਰਤ ਲਾ ਕੇ ਚੱਕਣਾ ਉਹਨੇ ਇਹ ਚੀਜ਼ਾਂ ਕਰਦੇ ਉਸਤੀ ਚੀਜ਼ ਤੋਂ ਤਾਂ ਹਰੇਕ ਬੰਦਾ ਕਹਿੰਦਾ ਵੀ ਯਾਰ ਤੂੰ ਵਾਕਈ ਗੌਂਡਰਾਂ ਵਾਲੇ ਕੰਮ ਕਰਦਾ ਹਾਂਜੀ ਤੇ ਮਤਲਬ ਹੁਣ ਤੁਹਾਨੂੰ ਜਿਹੜੀ ਦਿੱਕਤ ਭਾਰੀ ਆ ਰਹੀ ਆ ਵੀ ਪੁਲਿਸ ਹਜੇ ਨਹੀਂ ਛੱਡ। ਪੁਲਿਸ ਆਇਆਗਾ ਪਿਛਲੇ ਸਾਲ ਲੈ ਗਏ ਹੁਣ ਮੈਨੂੰ ਤੇ ਚਾਚੇ ਨੂੰ ਲੈ ਜਾਂਦੇ ਹੁਣ ਮੇਰਾ ਵੀ ਡੈਥ ਸਰਟੀਫਿਕੇਟ ਕੁਛ ਵੀ ਆਉਂਦਾ ਮੇਰੇ ਸਾਈਨ ਹੁੰਦੇ ਆ ਹੁਣ ਮੈਂ ਮੋਢੀ ਅਕਸਰ ਮੈਂ ਘਰ ਦਾ ਮਰ ਮਰ ਹੁਣ ਤਾਈ ਦੇ ਨਾਲ ਮੈਂ ਜਾਣਾ ਸੀ ਮੈਨੂੰ ਚੱਕਣ ਲੱਗ ਗਏ ਵੀ ਹਰ ਡੈਥ ਸਰਟੀਫਿਕੇਟ ਤੇ ਨਾਂ ਆ ਜਾਂਦਾ ਕਿਤੇ ਵਕੀਲ ਦੀ ਕਾਰਵਾਈ ਨਾਂ ਸਾਈਨ ਮੇਰੇ ਆ ਚਾਚੇ ਦੇ ਅਸੀਂ ਕਿਤੇ ਕੇਸ ਤੇ ਜਾਣਾ ਅਸੀਂ ਜਾਣਾ ਹੁਣ ਕੋਈ ਹੁੰਦੀ ਹੈ ਹੋਰ ਤੱਕ ਫੈਮਿਲੀ ਮੈਂਬਰ ਸਾਡਾ ਨਹੀਂ ਗਿਆ ਅਸੀਂ ਗਏ ਤੇ ਸਾਨੂੰ ਚੱਕ ਲਿਆ ਉਸ ਤੋਂ ਬਾਅਦ ਡਿਪਰੈਸ਼ਨ ਚ ਅਸੀਂ ਵੀ ਆ ਸਾਨੂੰ ਉਹਨਾਂ ਦੇ ਹੁਣ ਮੈਂ ਮੈਂ ਜੋਬ ਕਰਦਾ ਪਹਿਲਾਂ ਮੈਂ ਆਪਦਾ ਕਾਰੋਬ ਦੇ ਵਿੱਚ 100 ਚੀਜ਼ ਹੋ ਗਈ ਬੰਦ ਹੋ ਗਿਆ ਉਹ ਹੁਣ ਉਸ ਤੋਂ ਬਾਅਦ ਮੈਂ ਹੁਣ ਜੌਬ ਕਰਦਾ ਹੁਣ ਪਿਛਲੇ ਕਿਹੜੇ ਲੈ ਗਿਆ ਮੈਂ ਜੌਬ ਤੇ ਸੀ ਮੈਨੂੰ ਸੱਦਿਆ ਆਂਦੇ ਵੀ ਤੂੰ ਇੱਥੋਂ ਸੈਨ ਨਹੀਂ ਕਰਾਉਣੇ ਇੱਥੋਂ ਮੈਨੂੰ ਲੁਧਿਆਣੇ ਲੈ ਗਏ ਰਾਤ ਮੈਂ ਥਾਣੇ ਚ ਰਿਆ ਪਰ ਉ ਕੋਈ ਗੱਲ ਨਹੀਂ ਮੈਨੂੰ ਕੁਛ ਨਹੀਂ ਆਖਿਆ ਕੀਤਾ ਪੁੱਛ ਪੜਤਾਲ ਕੀਤੀ ਸਾਰਾ ਕੁਝ ਕੁਛ ਨਹੀਂ ਰਾਤ ਰੱਖਿਆ ਅਗਲੇ ਦਿਨ ਸ਼ਾਮ ਨੂੰ ਸਾਨੂੰ ਛੱਡਤਾ ਥਾਣੇ ਦੇ ਨਾਮ ਤੇ ਪਿੰਡ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਬਦਨਾਮੀ ਮੰਨੀ ਜਾਂਦੀ ਹੈ ਪਿੰਡ ਦੇ ਵਿੱਚ ਐਨਾ ਜਿਖਬਾਰਾਂ 'ਚ ਨਾ ਕਿਉਂਕਿ ਮੀਡੀਆ ਚੱਕ ਲੈਂਦਾ ਅਖਬਾਰਾਂ 'ਚ ਨਾ ਆ ਜਾਂਦਾ ਅਖਬਾਰ ਕਿੱਥੋਂ ਦੀਕ ਜਾਂਦੇ ਆ ਜ ਹਰ ਇੱਕ ਚੀਜ਼ ਅਗਲਾ ਨੋਟ ਕਰਦਾ ਵੀ ਹਾਂ ਵੀ ਯਾਰ ਇਹ ਯਾਰ ਇਹ ਵੀ ਨਾਲ ਹੋਣੇ ਆ ਉਹ ਕੁਝ ਹੋਣਾ ਫਿਰ ਬਾਈ ਤੁਹਾਡਾ ਵਿਆਹ ਹੋਇਆ ਹੋਇਆ ਮੇਰੀ ਮੈਰਿਜ ਹੋਈ ਹੋਈ ਹੈ ਜੀ ਮੇਰੀ 19 ਵਿੱਚ ਮੈਰਿਜ ਹੋਈ ਹੈ 19 ਦੇ ਵਿੱਚ ਮੈਰਿਜ ਹੋਈ ਆ ਕਿਤੇ ਨਾ ਕਿਤੇ ਪਰਿਵਾਰ ਦੂਜੇ ਪਰਿਵਾਰ ਵੀ ਨਾਲ ਜੁੜਿਆ ਉਹਨਾਂ ਦਾ ਵੀ ਫਿਰ ਕਿਤੇ ਨਾ ਕਿਤੇ ਹਨਾ ਉਹ ਪ੍ਰਭਾਵਤਾ ਪੈਂਦਾ ਹੀ ਹੈ ਜੀ ਹਰ ਇੱਕ ਚੀਜ਼ ਦਾ ਹੁਣ ਜੇ ਮਾੜੇ ਆਨਸਰ ਦਾ ਨਾਲ ਪ੍ਰਭਾਵਤਾ ਆਪਣੇ ਹੁਣ ਸਾਡੇ ਆਟੋਮੈਟਿਕ ਹੀ ਪਈ ਜਾਂਦਾ ਹੁਣ ਸਾਡੇ ਤੁਸੀਂ ਲਾ ਲਓ ਵੀ ਹੁਣ ਚਾਚੇ ਦਾ ਬੇਟਾ ਉਹ ਬੈਂਕ 'ਚ ਹੈ ਹੂੰ ਹਾਂ ਕੈਸ਼ੀਅਰ ਲੱਗਾ ਇੱਕ ਲੱਗਾ ਉਹ ਹੈਗਾ ਆਪਣੇ ਕਿਨਾ ਹਸਪੀਟਲ ਚ ਹੈ ਉਹ ਕਾਉਂਸਲਰ ਹੈ ਮੇਰੀ ਮਿਸੇਜ਼ ਕਾਉਂਸਲਰ ਹੈ ਸਾਡੇ ਘਟੋ ਘਟ ਵੀ 6-7 ਮਲਾਜ਼ਮ ਸਾਡੇ ਘਰ ਦੇ ਆ ਹੁਣ ਸਾਰੇ ਤਾਂ ਨਹੀਂ ਕਾਊਂਟਰ ਹੋ ਗਏਗੇ ਸਰਕਾਰੀ ਨੌਕਰੀਆਂ ਦੇ ਨੇ ਸਰਕਾਰੀ ਨੌਕਰੀਆਂ ਦੇ ਨੇ ਜੀ ਠੀਕ ਹੈ ਮੇਰੇ ਫਾਦਰ ਸਾਹਿਬ ਆਪ ਰਿਟਾਇਰ ਹੋਏ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਆ ਜੀ ਹਾਂ ਜੀ ਠੀਕ ਹੈ ਇਹ ਚੀਜ਼ ਹੈ ਨਾ ਵੀ ਹੁਣ ਜੇ ਉਹ ਕਾਊਂਟਰ ਬਣ ਕੇ ਹੁਣ ਸਾਰੇ ਤਾਂ ਨਹੀਂ ਕਾਊਂਟਰ ਬਣ ਕੇ ਨਹੀਂ ਪੁਲਿਸ ਹਰੇਕ ਨੂੰ ਮਾੜੀ ਅੱਖ ਨਾਲ ਦੇਖਦੀ ਕਿਸੇ ਨੂੰ ਚੰਗੀ ਨਾਲ ਵੀ ਵੇਖਣਾ ਚਾਹੀਦਾ ਇਹਨਾਂ ਨੂੰ ਜੇ ਚੰਗੀ ਨਾਲ ਵੇਖਣਗੇ ਤੇ ਲੋਕ ਚੰਗੇ ਪਾਸੇ ਜਾਣਗੇ ਜੇ ਮਾੜੀ ਨਾਲ ਦੇਖਣਗੇ ਤੇ ਲੋਕ ਮਾੜੇ ਪਾਸੇ ਹੀ ਜਾਣਗੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਇਹ ਇਹ ਚੀਜ਼ ਹੈ ਜੀ ਆ ਵੀ ਜੇ ਥਾਪੜਾ ਦਈਏ ਆਪਾਂ ਤੇ ਕੋਈ ਵੀ ਮੋੜਿਆ ਜਾ ਸਕਦਾ ਮੋੜਿਆ ਜਾ ਸਕਦਾ ਇਹ ਤਾਂ ਪੰਜਾਬ ਪੁਲਿਸ ਹੈ ਨਾ ਚੰਗੇ ਅੰਸਰ ਇਸ ਪਾਸੇ ਲਾਏ ਜਾਣ ਵੀ ਤੁਸੀਂ ਇਹਨਾਂ ਨੂੰ ਮੋੜਨਾ ਕਿਵੇਂ ਮੋੜਨਾ ਤੁਸੀਂ ਕਿਹੜੇ ਕੇ ਪਿਆਰ ਦੇ ਕੇ ਕਿਵੇਂ ਮੋੜਨਾ ਜੇ ਹੁਣ ਮਾੜੇ ਕਈ ਅੜ ਬੈਠੋ ਜੇ ਲਾ ਕੀ ਕਿਤਨਾ ਕਿਤੇ ਹੁਣ ਜੇ ਤੁਹਾਨੂੰ ਟੌਰਚਰ ਕਰਦਿਆ ਟੌਰਚਰ ਹੀ ਕਹਿ ਸਕਦੇ ਆਪਾਂ ਇਹਨੂੰ ਟੌਰਚਰ ਨਹੀਂ ਆਇਆ ਨਾ ਵੀ ਮੇਰੇ ਨਾਲ ਬਿਹੇਵੀਅਰ ਇੰਨਾ ਮਾੜਾ ਨਹੀਂ ਕੀਤਾ ਮੈਨੂੰ ਵਧੀਆ ਪੁੱਛਿਆ ਕੀ ਚਾ ਉਹ ਆਇਆ ਵੀ ਉਹਨਾਂ ਨੇ ਆਪਦੀ ਫਾਰਮੈਲਟੀ ਕੀਤੀ ਪਰ ਆਇਆ ਨਾ ਜੀ ਇੱਕ ਚੀਜ਼ ਨੂੰ ਲੈ ਜਾਣ ਵਾਸਤੇ ਹੁਣ ਦੱਸੋ ਵੀ ਮੈਨੂੰ ਇੱਥੇ ਆਖਿਆ ਵੀ ਆਂਦੇ ਘਰੇ ਤੇ ਤੁਸੀਂ ਸਾਈਨ ਕਰਾਉਣੇ ਆ ਇਥੋਂ ਫੇਰਾਂ ਦੇ ਲੁਧਿਆਣੇ ਜਾਣਾ ਉੱਥੇ ਲੈ ਗਏ ਉੱਥੇ ਰਾਤ ਰੱਖਿਆ ਅਗਲੇ ਦਿਨ ਪਰ ਮੈਂ ਤਾਂ ਮੈਂਟਲੀ ਅਫਸਰਟ ਹੋ ਜਾਣਾ ਮੈਨੂੰ ਇੱਕ ਇਥੇ ਚੀਜ਼ ਸੱਦਿਆ ਵੀ ਸੈਨ ਕਰਾਉਣੇ ਕੱਲੇ ਤੇਰੇ ਤੋਂ ਅੱਜ ਵੀ ਤੁਹਾਡਾ ਚਿਹਰਾ ਜਿਹੜਾ ਉਦਾਸ ਕਿਤੇ ਨਾ ਕਿਤੇ ਲੱਗ ਰਿਹਾ ਪਰ ਡਿਪਰੈਸ਼ਨ ਚ ਵੀ ਲੱਗ ਰਿਹਾ ਡਿਪਰੈਸ਼ਨ ਸਾਰਾ ਹੁਣ ਤੁਸੀਂ ਲਾ ਲਓ ਵੀ ਇੱਕ ਹੁਣ ਤਾਂ ਇਹਨੇ ਡਿਪਰੈਸ਼ਨ ਜਾ ਕੇ ਸੁਸਾਈਡ ਕਰ ਲਿਆ ਅਕਸਰ ਸਾਡਾ ਵੀ ਜੀ ਕਰਦਾ ਵੀ ਜੇ ਸਾਨੂੰ ਤਾਂ ਕਰਦੇ ਅਸੀਂ ਵੀ ਸੁਸਾਈਡ ਕਰ ਸਕਦੇ ਹਾਂ ਸਾਨੂੰ ਕੀ ਹੋਇਆ ਭਾਈ ਸਾਡੇ ਵੱਲੋਂ ਇਹ ਅਪੀਲ ਆ ਵੀ ਤੁਸੀਂ ਪੁਲਿਸ ਨਾ ਆਪਣੇ ਦਿਲ ਨੂੰ ਕੜਾ ਜਰੂਰ ਰੱਖੇ ਮੈਂ ਨਹੀਂ ਦਿਲ ਨੂੰ ਤਾਂ ਕਰੜਾ ਰੱਖਿਆ ਹੈ ਤਾਂ ਦਿਲ ਬਹੁਤ ਤਗੜੇ ਨੇ ਪਰ ਐਂ ਵੀ ਜਦੋਂ ਕਿੰਨਾ ਕੁ ਜਰ ਬੰਦਾ ਟਾਰਚਰ ਚੱਲੂਗਾ ਕਿਸੇ ਚੀਜ਼ ਦਾ ਕਿੰਨਾ ਕੁ ਜਰ ਚੱਲੂਗਾ ਅਕਸ 5 ਸਾਲ ਤੌਰਚਰ ਚੱਲਿਆ ਆਨੇ ਆਹ ਤੂੰ 5 ਸਾਲ ਹੁਣ ਪੂਰੇ ਹੋਣ ਤੋਂ ਬਾਅਦ 6ਵੇਂ ਸਾਲ ਉਹਨੇ ਸੁਸਾਈਡ ਕਰ ਲਿਆ ਸਰ ਉਹਨੂੰ ਮੈਂਟਲੀ ਅਫਸਰ ਵਧਦਾ ਜਾਂਦਾ ਨਾ ਜਿਵੇਂ ਬੰਦਾ ਬਜ਼ੁਰਗ ਹੁੰਦਾ ਮੈਂਟਰੀ ਸ਼ਕਤੀ ਵੀ ਘਟਦੀ ਜਾਂਦੀ ਹੈ ਤਾਇਆ ਜੀ ਨਾਲ ਕਹਿੰਦੇ ਹੋ ਵੀ ਮੈਂ ਕਈ ਵਾਰ ਗਿਆ ਠਾਣੇ ਮੈਂ ਬਹੁਤ ਮੈਂ ਤਾਂ ਵਿੱਕੀ ਤੋਂ ਲੈ ਕੇ ਅਸੀਂ ਮੈਂ ਤਾਂ ਚਾਚਾ ਦੋਨੋਂ ਜਾਂਦੇ ਰਹੇ ਜਿਉਂ ਜਿਉਂ ਵਿੱਕੀ ਇਸ ਬੰਨੇ ਪਿਆ ਹੈ ਜਿਉਂ ਸੁੱਖਾ ਕਾਲਵਾ ਦਾ ਕਤਲ ਹੋਇਆ ਹੈ ਮਰਡਰ ਕੀਤਾ ਇਹਨੇ ਵਿੱਕੀ ਨੇ ਉਸ ਤੋਂ ਬਾਅਦ ਅਸੀਂ ਦੋਨੋਂ ਹੀ ਅੱਗੇ ਰਹੇ ਆ ਕਿਉਂਕਿ ਉਸਨੇ ਬਾਦਰ ਮਹਿਲ ਸਿੰਘ ਨੂੰ ਲੈ ਗਈ ਪੁਲਿਸ ਫੜ ਕੇ ਸਾਨੂੰ ਹੀ ਦੋਨਾਂ ਨੂੰ ਜਾਣਾ ਪਿਆ ਮਗਰ ਅਸੀਂ ਦੋਵੇਂ ਰਹੇ ਇਸੇ ਕਰਕੇ ਸਾਨੂੰ ਪੁਲਿਸ ਜਦੋਂ ਵੀ ਸਾਡੇ ਤੇ ਅੱਖ ਰੱਖਦੀ ਕੋਈ ਵੀ ਕਾਰਵਾਈ ਹੁੰਦੀ ਹੈ ਸਾਡੇ ਦੋਨਾਂ ਤੇ ਅੱਖ ਤਾਂ ਪੁਲਿਸ ਰੱਖਦੀ ਵੀ ਹਾਂ ਇਹਨਾਂ ਦੇ ਕਿਤੇ ਹੋ ਸਕਦਾ ਕਿ ਇਹ ਗੈਂਗਸਟਰਾਂ ਦੇ ਇਹਨਾਂ ਨੂੰ ਫੋਨ ਆਉਂਦੇ ਹੋਣ ਜਾਂ ਇਹੋ ਜੀ ਗੱਲ ਹੈ ਉਹ ਤਾਂ ਕਰਕੇ ਸਾਡੇ ਤੇ ਥੋੜਾ ਜਿਹਾ ਪੁਲਸ ਕਰੜੀ ਨਾਲ ਅੱਖ ਨਾਲ ਸਾਨੂੰ ਵੇਖਦੀ ਸ਼ੱਕੀ ਨਿਗਾਹ ਅਕਸਰ ਪੁਲਸ ਵਾਲੇ ਰੱਖਦੇ ਆ ਹਨ ਤੁਹਾਨੂੰ ਉਹੀ ਅੱਖ ਨਾਲ ਵੇਖਿਆ ਜਾਂਦਾ ਅਸੀਂ ਸ਼ੱਕੀ ਆ ਜੀ ਫਿਰ ਸਾਨੂੰ ਸ਼ੱਕੀ ਅੱਖ ਨਾਲ ਹੀ ਵੇਖਣਾ ਇਹਨਾਂ ਨੇ ਕਿਉਂਕਿ ਅਸੀਂ ਇੱਕ ਗੈਂਗਸਟਰ ਦੇ ਭਰਾ ਆ ਇਹ ਚਾਚਾ ਤੇ ਮੈਂ ਭਰਾ ਆ ਜੀ ਤੇ ਫਿਰ ਮੈਨੂੰ ਵੀ ਗੈਂਗਸਟਰ ਹੀ ਸਮਝਦੇ ਜੋ ਮੈਂ 24 ਘੰਟੇ ਪਰਿਵਾਰ ਚ ਰਹਿੰਦਾ ਜੀ ਨਾਲੇ ਪਰ ਪਰਿਵਾਰ ਦੇ ਵਿੱਚ ਸਹਿਜ ਜੋ ਗੱਲਾਂ ਨੇ ਸਹੀਆਂ ਨਹੀਂ ਜਾ ਸਕਦੀਆਂ ਪਰਿਵਾਰ ਤੁਹਾਡੀ ਬੋਲ ਸਕਦੀਆਂ ਹਾਂਜੀ 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 ਕਿੰਨਾ ਕਿਤੇ ਇਫੈਕਟ ਪੈਂਦਾ ਉਹਨਾਂ ਤੇ ਫੈਕਟ ਤਾਂ ਪੈਂਦਾ ਹੀ ਆ ਜੀ ਜਦੋਂ ਮਾੜਾ ਮੋਟਾ ਕਰਜ ਕੋਈ ਲੜਾਈ ਜਗੜਾ ਵੀ ਜਾਂ ਦੀ ਗੈਂਗਸਟਰਾਂ ਦੀ ਫੈਮਲੀ ਜਾਂ ਕੁਝ ਕੁਝ ਵੀ ਆ ਜਾਂਦਾ ਬਹੁਤ ਕੁਝ ਆ ਜਾਂਦਾ ਇਸ ਚ ਹੂੰ ਬਹੁਤ ਕੁਝ ਸਹਿਣਾ ਪੈਂਦਾ ਜੀ ਸਹਿਣ 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 ਰਹੇ ਹਾਂ ਹਜੇ ਤੱਕ ਸਹਿ ਰਹੇ ਹਾਂ ਸਹਿ ਹੀ ਰਹੇ ਜੀ ਇਹ ਤਾਂ ਜ਼ਿੰਦਗੀ ਹੈ ਜ਼ਿੰਦਗੀ ਦਾ ਨਾ ਹੀ ਸਹਿਣਾ ਜੀ ਹੁਣ ਸਹਿਣਾ ਹੀ ਪੈਣਾ ਜੀ ਜਿੰਨਾ ਚਿਰ ਜ਼ਿੰਦਗੀ ਲਹਿ ਗਈ ਹੈ ਉਹ ਨਜ਼ਰ ਸਹਿਣਾ ਪੈਣਾ ਜੀ ਮਤਲਬ ਇੱਕ ਜਿਹੜਾ ਕੱਪੜੇ ਦਾ ਦਾਗ ਕਹਿ ਲਿਓ ਤੋ ਨਹੀਂ ਤੋਤੇ ਤੋਤੇ ਜਾਣਾ ਜੀ ਇਹ ਤਾਂ ਹੁਣ ਸਰਕਾਰਾਂ ਦੇ ਆ ਜੀ ਇਹ ਧੋਣ ਤੇ ਆਉਣ ਦਾ ਸਾਰਿਆਂ ਨੂੰ ਆਉਦੀ ਸਹੀ ਲਾਈਨ ਚ ਲਿਆ ਸਕਦੇ ਆ ਜਿੰਨੇ ਵੀ ਜੇਲ੍ਹਾਂ ਚ ਬੈਠੇ ਸਹੀ ਲਾਈਨ ਚ ਲਿਆ ਸਕਦੇ ਆ ਉਹਨਾਂ ਨੂੰ ਸਹੀ ਤਰ੍ਹਾਂ ਤੋਂ ਪ੍ਰੋਟੈਕਸ਼ਨ ਦੇ ਕੇ ਕੁਝ ਵੀ ਦੇ ਕੇ ਹਰੇਕ ਚੀਜ਼ ਹੈ ਜੇ ਹੁਣ ਬਣਾ ਪ੍ਰੋਟੈਕਸ਼ਨ ਤੋਂ ਬਾਹਰ ਤਿਰੂ ਫਿਰ ਦੂਜਾ ਗੈਂਗ ਨਹੀਂ ਛੱਡਦਾ ਉਹਨੂੰ ਇਹਦਾ ਆਪਦੀ ਪ੍ਰੋਟੈਕਸ਼ਨ ਦੇ ਕੇ ਸਰਕਾਰ ਉਹਨਾਂ ਨੂੰ ਕਰਕੇ ਵੀ ਹਾਂ ਵੀ ਤੁਹਾਨੂੰ ਅਸੀਂ ਸਹੀ ਗਾਈਡ ਕਰਕੇ ਸਹੀ ਲਾਈਨ ਚ ਲਿਆਉਣੇ ਆ ਹੁਣ ਇੱਕ ਅੰਮ੍ਰਿਤ ਬੰਦੇ ਤੋਂ ਨਸ਼ਾ ਛਡਾਇਆ ਜਾਂਦਾ ਸੈਂਟਰ ਖੋਲੇ ਹੋਏ ਆ ਤੇ ਇਹਨਾਂ ਵਾਸਤੇ ਵੀ ਕੋਈ ਸੈਂਟਰ ਖੋਲੇ ਜਾਣ ਇਹਨਾਂ ਨੂੰ ਮਾਨਟਲੀ ਅਫਸਰਟ ਹੀ ਆਪਸੇ ਅਫਸਰਟ ਸੰਸਕ ਦੇਣਾ ਆਪਨੂੰ ਸਹੀ ਕਰਨ ਵਾਸਤੇ ਕੋਈ ਇਹਨਾਂ ਵਾਸਤੇ ਵੀ ਸੈਂਟਰ ਹੋਣੇ ਚਾਹੀਦੇ ਆ ਨਾ ਵੀ ਗੈਂਗਸਟਰ ਲਾਈਨ ਨੂੰ ਇੱਕ ਸਹੀ ਲਾਈਨ ਚ ਲਿਆਉਣ ਵਾਸਤੇ ਹੁਣ ਨਸ਼ੇ ਵਾਲੇ ਨੂੰ ਆਪਾਂ ਸੈਂਟਰ ਕਿਉਂ ਛੱਡਦੇ ਆ ਵੀ ਉਹ ਨਸ਼ਾ ਛੱਡ ਜੂ ਉੱਥੇ ਉਹ ਸਾਹ ਉਹਨਾਂ ਨੂੰ ਡੋਜ ਦੇ ਦਿੰਦੇ ਸਾਰਾ ਕੁਝ ਕਰਦੇ ਆ ਗਾਈਡ ਕਰਦੇ ਆ ਇਹਨਾਂ ਵਾਸਤੇ ਵੀ ਕਾਉਂਸਲਿੰਗ ਕਰ ਹੋਣੀ ਚਾਹੀਦੀ ਇਹਨਾਂ ਵਾਸਤੇ ਵੀ ਸੈਂਟਰ ਹੋਣੇ ਚਾਹੀਦੇ ਤਾਂ ਹੀ ਉਹ ਆਪਦੀ ਸਹੀ ਲਾਈਨ ਚ ਆ ਸਕਦੇ ਕੱਲ ਨੂੰ ਆਪਦੇ ਘਰ ਰਹਿ ਸਕਦੇ ਆਪਦੇ ਘਰ ਪਰਤੀ ਆਪਦੇ ਮਾਪਿਓ ਪਰਤੀ ਉਹ ਆਪਦਾ ਕੰਮ ਕਰ ਕਰ ਸਕਦੇ ਆਪਦੇ ਘਰ ਨੂੰ ਅੱਗੇ ਲ ਮਾਤਾ ਜੀ ਠੀਕ ਐ ਨਾ ਵੀ ਇੱਕ ਪੁੱਤ ਦੇ ਚਲੇ ਜਾਣਾ ਇੱਕ ਉਸ ਤੋਂ ਬਾਅਦ ਘਰ ਵਾਲੇ ਦਾ ਚਲੇ ਜਾਣਾ ਹੁਣ ਤੂੰ ਘਰ ਚ ਰਹਿ ਗਈ ਗਿਆ ਮਾਤਾ ਐ ਨਾ ਵੀ ਉਹ ਮਾਤਾ ਵੀ ਹੈ ਤਾਂ ਡਿਪਰੈਸ਼ਨ ਜੀ ਐ ਪਰ ਉਹਨਾਂ ਨੇ ਟਾਈਮ ਤਾਂ ਕੱਢਣਾ ਨਾ ਆਪਦੇ ਜੀ ਹੁਣ ਕਿਉਂਕਿ ਦੋ ਬੇਟੀਆਂ ਅਕਸਰ ਉਹਨਾਂ ਕੋਲੇ ਚਲੋ ਉਹਨਾਂ ਨਾਲ ਹੌਲੀ ਹੌਲੀ ਆਪਦਾ ਸੈੱਟ ਹੋਊ ਬੱਚੇ ਆ ਛੋਟੇ ਦਿਲ ਲੱਗੂ ਹੌਲੀ ਹੌਲੀ ਪਰ ਐ ਨਾ ਇੱਕ ਘਰ ਦਾ ਮੋਤਵਾਰ ਦਾ ਚਲਾ ਜਾਣਾ ਬਹੁਤ ਔਖਾ ਹੋ ਜਾਂਦਾ ਕਰਨ ਦਾ ਘਰ ਮੋਤਵਾਰ ਦੇ ਸਿਰ ਤੇ ਹੀ ਟਿਕਿਆ ਹੁੰਦਾ ਨਾ ਬਾਈ ਉਹ ਹੀ ਨਾ ਮੋਤਵਾਰ ਕਰਕੇ ਘਰ ਦਾ ਇੱਕ ਨਾਂ ਹੁੰਦਾ ਇੱਕ ਜੇ ਵੱਡੇ ਵੱਡੇ ਬਜ਼ੁਰਗ ਦਾ ਇੱਕ ਨਾਂ ਹੁੰਦਾ ਵੀ ਹਾਂ ਵੀ ਮਹਿਲ ਸਿੰਘ ਵੱਡੀ ਵੱਡਾ ਘਾਟਾ ਜਿਹੜਾ ਵਾ ਪਹਿਲਾਂ ਇੱਕ ਪੈ ਚੁੱਕੇ ਆ ਪਰਿਵਾਰ ਦਾ ਜੀ ਚਲਾ ਗਿਆ ਮੁੰਡਾ ਚਲਾ ਗਿਆ ਪੁੱਤ ਚਲਾ ਗਿਆ ਹਾਂਜੀ ਹਾਂਜੀ ਘਰ ਦਾ ਪੁੱਤ ਚਲਾ ਗਿਆ ਹੁਣ ਜਿਹੜਾ ਪਰਿਵਾਰ ਦਾ ਮੋਤ ਮੋਢੀ ਮੋਢੀ ਹਾਂਜੀ ਉਹ ਵੀ ਚਲਾ ਗਿਆ ਹਾਂਜੀ ਹਾਂਜੀ ਤੇ ਚਾਚਾ ਜੀ ਵੀ ਬੈਠੇ ਨੇ ਹੋਰ ਭਾਈ ਵੀ ਬੈਠੇ ਨੇ ਉਹਨਾਂ ਦੇ ਸਾਰੇ ਤੇ ਹੁਣ ਮਾਤਾ ਜੀ ਕਿਵੇਂ ਨੇ ਤੇ ਹੁਣ ਜਿਹੜਾ ਘਰ ਦਾ ਗੁਜ਼ਾਰਾ ਜਿਹੜਾ ਵਾ ਉਹ ਕਿਵੇਂ ਚੱਲਦਾ ਜੀ ਘਰ ਦੇ ਵਿੱਚ ਹੋਰ ਕੀ ਕੀ ਆ ਹੁਣ ਤਾਂ ਵੀ ਕੋਈ ਹੌਸਲਾ ਹੀ ਏ ਵਿਚਾਰੇ ਦਾ ਜਿਹੜੇ ਕੋਈ ਜ਼ਮੀਨ ਮਾੜੀ ਮੋਟਾਉਂਦੀ ਉਹ ਹੀ ਵਿਚਾਰੇ ਕੋਲ ਜੋ ਹੈਗੀ ਉਹਨਾਂ ਦਾ ਗੁਜ਼ਾਰਾ ਕਰੇਗੀ ਕਿਉਂ ਡੰਗਰ ਡੁੰਗਰੇ ਗਏ ਦੋ ਅੱਗੇ ਤੋਂ ਚੱਲ ਸਾਂਭ ਲੈਂਦਾ ਸੀ ਉਹ ਵੀ ਹੁਣ ਵਿਚਨੇ ਪੈਣਗੇ ਉਹਨੂੰ ਜੀ ਹੁਣ ਤਾਂ ਮਾਲਕ ਕਹਿੰਦਾ ਬਜ਼ੁਰਗ ਜਿਵੇਂ ਕਹਦੀਏ ਬੜਾਪਾ ਬੜਾਪਾ ਬਹੁਤ ਮਾੜਾ ਹੈ ਜੀ ਪਤਾ ਨਹੀਂ ਹੁੰਦਾ ਕਿਹੜੇ ਤਰੀਕੇ ਨਾਲ ਲੰਘਣਾ ਕਿਹੜੇ ਤਰੀਕੇ ਨਾਲ ਬੜਾਪਾ ਹੁੰਦਾ ਨਹੀਂ ਲੰਘਣਾ ਤੇ ਰੁਪੇ ਦੇ ਵਿੱਚ ਪਿਆਰ ਹਮਦਰਦੀ ਔਰ ਜਿਹੜਾ ਫਿਜ਼ੀਕਲ ਪਾਵਰ ਦੀ ਲੋੜ ਹੁੰਦੀ ਹੈ ਉਹ ਬੱਚਿਆਂ ਦਾ ਹੀ ਹੁੰਦਾ ਹਨਾ ਬੱਚਿਆਂ ਦਾ ਹੁੰਦਾ ਹੈ ਬਾਕੀ ਹੁਣ ਜੇ ਅਸੀਂ ਲੱਗੇ ਆ ਅਸੀਂ ਕੋਈ ਕਰਾਂਗੇ ਰਾਤ ਦਿਨ ਦੇ ਗੁਲਾਮ ਕੱਲੀ ਹੀ ਇਕੱਲਾ ਕਰ ਸਕੇ ਅੱਗੇ ਦੋਵੇਂ ਜੀ ਆਪਦੇ ਬੈਠੇ ਰਹਿੰਦੇ ਸੀ ਹੈ ਤੇ ਉਹ ਮਹਿਲ ਸੁਚਾਰਾ ਉਹ ਵੀ ਆਪਦਾ ਚਲੋ ਚਲੇ ਗਿਆ ਤੇ ਹੁਣ ਪਤਾ ਨਹੀਂ ਉਹਦੇ ਮਨ ਹੀ ਪੁੱਛ ਸਕਦਾ ਉਹਦੀ ਮਹਿਲ ਸੁਦੀ ਵਾਈਫ ਦਾ ਵੀ ਕੀ ਉਹਦੇ ਮਨ ਚ ਵਿਚਾਰੀ ਕਿਵੇਂ ਕੱਢਣਾ ਕਿਵੇਂ ਰਾਤਾਂ ਕਿਵੇਂ ਰਾਤ ਜੀ ਕਿ ਕਈ ਨੂੰ ਸੁਪਨੇ ਆਉਂਦੇ ਕੀ ਕੁਝ ਹੋਣਾ ਕੀ ਕੁਝ ਨਹੀਂ ਹੋਣਾ ਚਾਹੀਦਾ ਇੱਕ ਔਰਤ ਦੇ ਲਈ ਇੱਕ ਮਾਂ ਦੇ ਲਈ ਇੱਕ ਪਤਨੀ ਦੇ ਲਈ ਬਹੁਤ ਔਖਾ ਹੁੰਦਾ ਇਹ ਜਿਹੜਾ ਗੱਲਾਂ ਹੁੰਦੀਆਂ ਨੇ ਹਾਂਜੀ ਹਾਂ ਨੌਜਵਾਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਜਿਹੜੇ ਨੌਜਵਾਨ ਨੇ ਉਹ ਲੀਡਰਾਂ ਤੋਂ ਥੋੜਾ ਜਿਹਾ ਗਰੇਜ ਰੱਖਣ ਲੀਡਰ ਬੜੀ ਭੈੜੀ ਚੀਜ਼ ਹੈ ਲੀਡਰਾਂ ਦੇ ਪਿੱਛੇ ਨਾ ਲੱਗਣ ਲੀਡਰ ਗਲਤ ਬੰਨੇ ਲਾਉਂਦਾ ਜੇ ਬੱਚਾ ਕਿਤੇ ਗਲਤ ਜਾਂਦਾ ਤੇ ਉਹ ਲੀਡਰ ਲਾਉਂਦੇ ਉਹਨੂੰ ਆਪਦੇ ਮਾਪਿਆਂ ਦਾ ਖਿਆਲ ਰੱਖਣ ਤੇ ਆਪਦੀ ਚੰਗੀ ਜ਼ਿੰਦਗੀ ਜੀਉਣ ਬਾਈ ਵੀ ਕੁਝ ਬਾਈ ਵੀ ਆਪਦੀ ਕਿਰਤ ਕਰਨ ਤੇ ਆਪਦਾ ਘਰ ਚਲਾਉਣ ਜੀ ਲੀਡਰਾਂ ਤੋਂ ਕੀ ਲੈਣਾ ਲੀਡਰਾਂ ਨੇ ਕੀ ਦੇਣਾ ਨਸ਼ਾ ਦੇਣਾ ਲੀਡਰਾਂ ਨੇ ਕੀ ਦੇਣਾ ਆਪਦੀਆਂ ਵੋਟਾਂ ਵਾਸਤੇ 5 ਸਾਲ ਦੇ ਵਿੱਚ 6 ਮਹੀਨੇ ਉਹਨਾਂ ਯੂਜ਼ ਕਰਨਾ ਉਸ ਤੋਂ ਬਾਅਦ ਕੰਮ ਇਹਨਾਂ ਤੋਂ ਲੈ ਕੇ ਉਸ ਤੋਂ ਬਾਅਦ ਜੋ ਮਰਜ਼ੀ ਕਰਾ ਸਕਦੇ ਲੀਡਰਾਂ ਦੇ ਹੱਥ ਕੀ ਨਹੀਂ ਗਿਆ ਹੁਣ ਫੈਕਟਰੀਆਂ ਦਾ ਰੋਲਾ ਦੇਖ ਲੋ ਲੀਡਰਾਂ ਦੀਆਂ ਫੈਕਟਰੀਆਂ ਤੇ ਜ਼ਿਮੀਂਦਾਰ ਧਰਨਾ ਲਾਉਂਦੇ ਫਿਰਦੇ ਆ ਬਿਮਾਰੀਆਂ ਨਾਲ ਜ਼ਿਮੀਂਦਾਰ ਮਰਦੇ ਫਿਰਦੇ ਆ ਕਮਾਈ ਲੀਡਰ ਲਈ ਜਾਂਦੇ ਆ ਹੂੰ ਕਿਉਂਕਿ ਕਿਸਾਨ ਵਿਹਲੇ ਆ ਧਰਨਿਆਂ ਜੋਗੀ ਛੜ ਤੇ ਸਰਕਾਰਾਂ ਨੇ ਉਹਨਾਂ ਕਾ ਇੱਕ ਵੋਟਾਂ ਲੈਣੀਆਂ ਉਹਦੇ ਮਿੱਠੇ ਹੋ ਜਾਂਦੇ ਆ ਕੇ ਵੋਟਾਂ ਲੈ ਲੈਣਗੇ ਤੇ ਉਸ ਤੋਂ ਬਾਅਦ ਬਸ ਉਹੀ ਧਰਨੇ ਵਿੱਚ ਜ਼ਿਮੀਂਦਾਰ ਫਸਲ ਬਿਜਲੀ ਦੇ ਧਰਨਿਆਂ ਦੇ ਅੱਜ ਚੰਡੀਗੜ ਤੇ ਆਪਣੀ ਵੀ ਬਾਬਾ ਖੇਤੀ ਆ ਤੇ ਇੱਥੇ ਵੀ ਇਹ ਸਮੱਸਿਆ ਪੈਦਾ ਹੁੰਦੀ ਹਾਲੇ ਵਾਲੇ ਮੈਂ ਦੇਖ ਰਿਹਾ ਖੇਤੀ ਨੇ ਨਹੀਂ ਇੱਥੇ ਖੇਤ ਨੇ ਇੱਥੇ ਸਮੱਸਿਆ ਤੇ ਆ ਨਾ ਕੋਈ ਫੈਕਟਰੀ ਵਗੈਰਾ ਕੁਝ ਨਹੀਂ ਇੱਥੇ ਵਧੀਆ ਵੀ ਹੂ ਸੇਮ ਦਾ ਹੈ ਵੀ ਜਦੋਂ ਬਾਰਿਸ਼ ਵਗੈਰਾ ਜਿਆਦਾ ਹੁੰਦੀ ਹੈ ਉਦੋਂ ਬਹੁਤ ਫਸਲ ਦਾ ਨੁਕਸਾਨ ਹੁੰਦਾ ਫਸਲ ਮਾਰੀ ਜਾਂਦੀ ਵੀ ਦੁਬਾਰਾ ਹੀ ਲਾਉਣੀ ਪੈਂਦੀ ਹੈ ਇੱਥੇ ਜੀ ਉਹ ਤਾਂ ਠੀਕ ਹੈ ਤੇ ਕਿਉਂਕਿ ਉਹ ਫੈਕਟਰੀ ਇੱਧਰ ਹੈ ਨਹੀਂਗਾ ਸਿਸਟਮ ਕੋਈ ਵੀ ਫੈਕਟਰੀ ਵਗੈਰਾ ਕੋਈ ਸੇਮ ਕਰਕੇ ਕੋਈ ਫੈਕਟਰੀ ਨਹੀਂ ਲੱਗਦੀ ਇੱਧਰ ਇੱਥੇ ਉਹ ਧਰਤੀ ਚੋਂ ਨਿਕਲਿਆ ਉਹਦਾ ਚਿੱਟਾ ਚਿੱਟਾ ਜਿਹਾ ਕੀ ਹੁੰਦਾ ਬਾਈ ਇੱਧਰ ਸ਼ੋਰੇ ਦੀ ਬਹੁਤ ਦਿੱਕਤ ਹੈ ਜੀ ਸ਼ੋਰਾ ਨਿਕਲਦਾ ਇੱਥੇ ਸ਼ੋਰਾ ਨਿਕਲਦਾ ਜੀ ਇੱਥੇ ਸ਼ੋਰਾ ਹੈ ਨਾ ਜਿਹੜੇ ਨਹਿਰ ਦੇ ਪਾਣੀ ਲੱਗਦੇ ਉਹ ਤਾਂ ਖੇਤ ਚੰਗੇ ਨੇ ਉਸ ਤੋਂ ਬਾਅਦ ਸ਼ੋਰਾ ਹੀ ਸ਼ੁਰੂ ਹੋ ਜਾਂਦਾ ਜੀ ਇੱਥੇ ਮਾਰ ਜਿਹੜੀ ਪੈਂਦੀ ਹੈ ਫਸਲਾਂ ਨੂੰ ਸ਼ੋਰੇ ਦੀ ਸ਼ੋਰੇ ਦੀ ਬਹੁਤ ਮਾਰ ਆ ਜੀ ਬਾਕੀ ਸੇਮ ਦੀ ਮਾਰ ਆ ਨਾ ਜੇ بارش ਪੈਂਦੀ ਉਹ ਤੋਂ ਪਾਣੀ ਬਹੁਤ ਘੱਟਾ ਸੇਮ ਇਹ ਬਾਈ ਦਾ ਘਰ ਆ ਤੁਸੀਂ ਦੇਖੋ ਬਠਿੰਡੇ ਏਰੀਏ ਦੇ ਮਲੋਟ ਮੁਕਸਰ ਏਰੀਏ ਦੇ ਵਿੱਚ ਆ ਇਸ ਵੇਲੇ ਤੇ ਪਸ਼ੂ ਵਾਲਾ ਘਰ ਆ ਪਸ਼ੂ ਵੀ ਨਹੀਂ ਤੁਸੀਂ ਦੇਖੋ ਪਰਿਵਾਰ ਨੇ ਦੱਸਿਆ ਵੀ ਹੁਣ ਪਸ਼ੂਆਂ ਦਾ ਵੀ ਔਖਾ ਹੋ ਜਾਣਾ ਕਿਉਂਕਿ ਡੰਗਰ ਖਾਸੇ ਆ ਤੇ ਸਾਂਭਣ ਵਾਲਾ ਕੋਈ ਹੁਣ ਰਿਹਾ ਨਹੀਂ ਪਰਿਵਾਰ ਦੇ ਵਿੱਚ ਉੱਥੇ ਅਸੀਂ ਅੱਜ ਘਰੇ ਚਲੇ ਆ ਤੇ ਘਰੇ ਜਾ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਮਾਤਾ ਜੀ ਦੇ ਕੋਲੇ ਬੈਠੇ ਆ ਤੇ ਮਾਵਾਂ ਲਈ ਬਹੁਤ ਔਖਾ ਹੁੰਦਾ ਇਹ ਦੁੱਖ ਚੱਲਣੇ ਪੁੱਤ ਦਾ ਚਲੇ ਜਾਣਾ ਹੁਣ ਪਤੀ ਦਾ ਚਲੇ ਜਾਣਾ ਇਹ ਮਾਤਾ ਲਈ ਪਰ ਗਲਤ ਤਾਂ ਨਹੀਂ ਹੋ ਰਹੀ ਪਰ ਫਿਰ ਵੀ ਮਾਤਾ ਜੀ ਸਾਸਿਕਾ ਬਹੁਤ ਬਹੁਤ ਖਿਆਈ ਆ ਕੋਈ ਜੀਵ ਨਹੀਂ ਹੁਣ ਸਭ ਨਾਤਨ ਡਾਉਂਡ ਢੋਲੀ ਵੱਜਦੇ ਫਿਰਦੇ ਆ ਮਾਲ ਡੰਗਰਿਆ ਸਾਰਾ ਬਚੀ ਆ ਹੁਣ ਸਾਹਮਣਾਂ ਲਾ ਕੋਈ ਨਹੀਂ ਹੈਗਾ ਕੀ ਜੀਉਣਿਆ ਬੱਚਿਆ ਕੀ ਜੀਉਣੇ ਔਰ ਟਾਈਮ ਤਾਂ ਪਾਸ ਕਰ ਨਹੀਂ ਕਰਨਾ ਟਾਈਮ ਪਾਸ ਕਰਨਾ ਪਰ ਬਾਪੂ ਜੀ ਦੇ ਅਜਿਹਾ ਮਨ ਦੇ ਵਿੱਚ ਕੀ ਟੈਨਸ਼ਨ ਆਈ ਜਾਂ ਕੀ ਕੋਈ ਲੋਡ ਸੀਗਾ ਬੱਚੇ ਤਾਂ ਹੀ ਲੈਂਦਾ ਸੀ ਹਮ ਬੱਚੇ ਤਾਂ ਹੀ ਟੈਨਸ਼ਨ ਲਈ ਜਾਂਦਾ ਜਦੋਂ ਰੋਟੀ ਖਾਣੀ ਉਹਦੇ ਅੱਗੇ ਰੱਖ ਕੇ ਬਾਜਾ ਮਾਰਦੀਆਂ ਹਮ ਤੇ ਬਾਹਰ ਤੁਰੇ ਫਿਰਨਾ ਤਾਂ ਵੀ ਆਖਣਾ ਆਖਣਾ ਮੇਰੇ ਦਿਲੋਂ ਨਹੀਂ ਲੈਂਦਾ ਪਿਆਰ ਬਹੁਤ ਸੀ ਬੜਾ ਪਿਆਰ ਸੀ ਪਿਓ ਪੁੱਤਾਂ ਦਾ ਬਹੁਤ ਪਿਆਰ ਸੀ ਮੈਂ ਕਹੀ ਰੱਖਣਾ ਮੈਂ ਕਨ ਹੁਕਮਜੋਰੀਆ ਨੇ ਜਿੰਦਰ ਤੂੰ ਹਮ ਜਦੋਂ ਆ ਦੇਣਾ ਕੋਲਦਾ ਕੋਈ ਸੱਟ ਪੇਟ ਲਾ ਦੂ ਕਣ ਮਾ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਉਹਨਾਂ ਜੇ ਨੇਰ ਕੋਲ ਨਹੀਂ ਲੈਂਦਾ ਮੈਂ ਉਹ ਕੋਲਦੇ ਵੀ ਹੁੰਦੇ ਸੀ ਆ ਉਸ ਵੇ ਪਿਓ ਪੋਤੀ ਮਤਲਬ ਇਨਾਂ ਗੂੜਾ ਪਿਆਰ ਸੀ ਬਾਈਆਂ ਦਾ ਬਹੁਤ ਗੂੜਾ ਸੀ ਬਹੁਤ ਗੂੜਾ ਸੀ ਤੇ ਕੋਲਦੇ ਰਹਿਣਾ ਹੈ ਕਰੇ ਵੀ ਖੇਡਾਂ ਖੇਡਾਂ ਦੇ ਵਿੱਚ ਵੀ ਬਾਈ ਦਾ ਬਹੁਤ ਜਿਹੜਾ ਰੁਝਾਨ ਸੀ ਬਹੁਤ ਸੀ ਖੇਡਾਂ 'ਚ ਵੀ ਬੜੇ ਲੰਬਰ ਤੇ ਹੁੰਦਾ ਪਹਿਲੇ ਤੇ ਉਹ ਫਿਰ ਡੈਡੀ ਤੋਂ ਹੀ ਗੁਰਤੀ ਮਿਲੀ ਜੇ ਤੁਸੀਂ ਇਹਨੇ ਉਹ ਖੇਡਦਾ ਸੀ ਨਾ ਹਾਂਜੀ ਗਲਤ ਗਲਤ ਕੰਮਾਂ 'ਚ ਪੈਂਦੀ ਬੱਚਾ ਆ ਦਰ ਬਾਕੂ ਆ ਗਿਆ ਆਪਣਾ ਤੁਸੀਂ ਗਲਤ ਕਮਾਂ ਦਾ ਜ਼ਿਕਰ ਕੀਤਾ ਮਤਲਬ ਗਲਤ ਕਮਾਂ ਚ ਕਿਦਾਂ ਜੀ ਇਹ ਹੋਈ ਤੇ ਜਨਾ ਮਾਰੇ ਸੰਗਤ ਚ ਰਲਦਾ ਤੇ ਨਾ ਖਤਾ ਖਾਂਦਾ ਨਾ ਜਿਲੰਦਰ ਜਾਂਦਾ ਤੇ ਨਾ ਜਿਲੰਦਰ ਇਸ ਬੰਨੇ ਪਹੁੰਚਦਾ ਕਿਸਮਤ ਦੇ ਅੱਗੇ ਕਿਹਦਾ ਜ਼ੋਰ ਮਾਤਾ ਜੀ ਹੈ ਨਾ ਅੱਛਾ ਤਾਂ ਨਹੀਂ ਜ਼ੋਰ ਬੁੱਤ ਜੇ ਬੱਚਾ ਸਮਝ ਜਾਂਦਾ ਤੇ ਇਹਨਾਂ ਆ ਟਾਈਮ ਵੇਂਦੇ ਹੀ ਨਾ ਆ ਟਾਈਮ ਨਾ ਵੇਂਦੇ ਹੁਣ ਕੋਈ ਦੀਦਾ ਨਹੀਂ ਕੁਝ ਵੀ ਹੁਣ ਮੂਰੇ ਕੁਝ ਨਹੀਂ ਦਿਖ ਰਿਹਾ ਨਾ ਜੀ ਕੁਝ ਨਹੀਂ ਜੀ ਤੇ ਹੁਣ ਪਰਿਵਾਰ ਦਾ ਗੁਜ਼ਾਰਾ ਜਿਹੜਾ ਪਸ਼ੂ ਵੀ ਪਸ਼ੂ ਧੰਨ ਬਹੁਤ ਹੈ ਮੈਂ ਦੇਖਿਆ ਪੰਜ ਸੱਤ ਪਸ਼ੂ ਹੈਗੇ ਆ ਹਾਂ ਜੀ ਹੁਣ ਫਿਰ ਕਿ ਧੜ ਗਿਆ ਜੁੜ ਗਿਆ ਰੱਖ ਕੇ ਹੀ ਪੁੱਤ ਟਾਈਮ ਪਾਸ ਕਰਾਂਗੇ ਹੋਰ ਕੀ ਕਰਨਾ ਮੇਰੇ ਤੋਂ ਨਹੀਂ ਸਾਹਵੇਂ ਜਾਣ ਮੇਰੇ ਕਿਹੜੀ ਹਿੰਮਤ ਹੈ ਉਹਨਾਂ ਹੂੰ ਬੱਚੇ ਉਹਨਾਂ ਹੀ ਸਾਹਮਣੇ ਕੁ ਧੜ ਗਿਆ ਰੱਖਣਾ ਜੀ ਤੇ ਤੁਸੀਂ ਦੱਸਦੇ ਸੀ ਵੀ ਫੌਜ ਦੀ ਵੀ ਬਾਈ ਨੂੰ ਜਿਹੜੀ ਆ ਆਈ ਸੀ ਹਾਂ ਇਹਨੂੰ ਇੱਕ ਬੀਐਸਐਫ ਦੇ ਵਿੱਚੋਂ ਆਫਰ ਸੀਗਾ ਅ ਅਫਸਰ ਨੇ ਜਦੋਂ ਇਹਨੂੰ ਦੇਖਿਆ ਹੂੰ ਆਉਂਦਾ ਵੀ ਤੈਨੂੰ ਐ ਕਰੇ ਉਦੋਂ ਬੀਐਸਫ ਫਰੀਦਕੋਟ ਦੇ ਵਿੱਚ ਭਰਤੀ ਸੀਗੀ ਬੀਐਸਫ ਦੀ ਤੇ ਆਉਂਦਾ ਵੀ ਤੂੰ ਉੱਥੇ ਆਵੇਂ ਬੇਟੇ ਤੈਨੂੰ ਅਸੀਂ ਤੇਰੇ ਪਹਿਲੇ ਨੰਬਰ ਦੇ ਆਧਾਰ ਤੇ ਤੈਨੂੰ ਰੱਖਾਂਗੇ ਹੂੰ ਇਹਨੇ ਜਾ ਕੇ ਉੱਥੇ ਜਦੋਂ ਗੱਲ ਕੀਤੀ ਵੀ ਮੈਂ ਉਧਰ ਭਰਤੀ ਹੋਣਾ ਮੈਨੂੰ ਭਰਤੀ ਮਿਲਦੀ ਜੌਬ ਹੂੰ ਤੇ ਉਹ ਜਦੋਂ ਪਤਾ ਲੱਗਾ ਇਹਨੇ ਲੀਡਰਾਂ ਨੂੰ ਜਿੰਦੇ ਕੋਲੇ ਰਹਿੰਦਾ ਸੀ ਉਹ ਆਂਦਾ ਨਹੀਂ ਬੇਟੇ ਤੈਨੂੰ ਮੈਂ ਇਹ ਕੜੀ ਨੌਕਰੀ ਏ ਤੈਨੂੰ ਵਧੀਆ ਨੌਕਰੀ ਦਿਵਾਵਾਂਗੇ ਆਪਣੀ ਸਰਕਾਰ ਏ ਜੇ ਆ ਉਹ ਆ ਬਸ ਉਸੇ ਲਾਲਚ ਦੇ ਵਿੱਚ ਆ ਕੇ ਤੇ ਇਹ ਉਧਰ ਨਹੀਂ ਗਿਆ ਮਾਂ ਪਿਓ ਲਈ ਜਿਹੜੇ ਸਹਾਰੇ ਹੁੰਦੇ ਨੇ ਇਸ ਉਮਰੇ ਆ ਕੇ ਬਜ਼ੁਰਗ ਦੇ ਅਵਸਥਾ ਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦੇ ਬਹੁਤ ਜ਼ਰੂਰੀ ਹੋ ਜਾਂਦੇ ਬੱਚਾ ਹੁਣ ਕੀ ਕੰਧੀ ਕੌਲੀ ਵਾਜਣੀ ਹੈ ਹੋਰ ਕੀ ਦੋਵੇਂ ਗਾਇਬ ਪਿਓ ਵੀ ਗਿਆ ਪੁੱਤ ਵੀ ਗਿਆ ਜੀ ਕਦੇ ਬਾਪੂ ਜੀ ਨੇ ਦੱਸਿਆ ਨਹੀਂ ਵੀ ਮੈਂ ਦਿਮਾਗ ਤੇ ਇੰਦਾ ਬੋਝਿਆ ਜਾਂ ਬਹੁਤ ਰੱਖਦਾ ਸੀ ਜਿਉਂ ਇਹ ਕਾਕਾ ਗੁਜਰਿਆ ਤੇ ਜਿਉਂ ਰੋਣਾ ਟੈਨਸ਼ਨ ਹੀ ਬੜੀ ਲੈਂਦਾ ਰੋਟੀ ਉਹਨਾਂ ਦੀ ਅੱਧੀ ਹੋ ਗਈ ਸੀ ਰੋਟੀ ਘਟ ਖਾਣ ਲੱਗੀ ਸੀ ਬਹੁਤ ਜੀ ਘਟ ਬਹੁਤ ਖਰਾਕ ਘਟਾਤੀ ਸੀ ਬਹੁਤ ਖਰਾਕ ਜੇ ਬਾਹਰ ਰਹਿਣ ਗੱਲ ਮਾੜੀ ਜੀ ਕਰਨੀ ਤੇ ਪਹਿਲਾਂ ਰੋਣ ਦਾ ਪੈਣਾ ਠੀਕ ਹੈ ਮਤਲਬ ਉਹੀ ਹੈ ਨਾ ਵੀ ਪਿਆਰ ਤਾਂ ਬਹੁਤ ਸੀਗਾ ਤੁਹਾਨੂੰ ਕਦੇ ਬਾਪੂ ਜੀ ਨੇ ਦੱਸਿਆ ਨਹੀਂ ਐਦਾਂ ਵੀ ਬੋਝ ਬਹੁਤ ਆ ਵੀ ਮੈਂ ਅੱਜ ਚੱਲੇ ਆ ਨਾ ਸਾਨੂੰ ਕਿਤੇ ਦੱਸਿਆ ਹੀ ਨਹੀਂ ਸਾਨੂੰ ਤਾਂ ਜਿੱਦ ਨੂੰ ਹੁਣ ਵੀ ਗਏ ਹੁਣ ਵੀ ਮੋਟਰ ਛੱਡਣ ਲਈ ਆਖਿਆ ਮੋਟਰ ਛੱਡਣ ਜਲੇ ਤੋਂ ਪਰੋਸੇ ਰੇ ਪਿੱਛੇ ਲੱਗੇ ਰਿਸ਼ਤੀਆਂ ਰਿਸ਼ਤੇਦਾਰੀਆਂ ਨਾ ਦੀਆਂ ਭੂਆ ਇਹਨਾਂ ਦੇ ਅੰਦਰ ਤੇ ਡੈਡੀ ਦੀਆਂ ਤੋਂ ਉੱਥੇ ਗਏ ਹੋਣਗੇ ਉਹ ਐਸੀ ਝਾਕਤੀ ਰਹਿ ਤਾ ਅਗਲੇ ਦਿਨ ਪੁੱਛ ਪੜਤਾਲ ਕੀਤੀ ਤਾਂ ਆ ਗੱਲ ਸੁਣ ਲਈ ਬਾਅਦ ਪਤਾ ਲੱਗਿਆ ਬਾਅਦ ਪਤਾ ਲੱਗਿਆ ਤੇ ਜਾਂਦੇ ਜਾਂਦੇ ਸਨੇਹਾ ਗਈ ਬਸ ਸਾਡਾ ਇਹ ਹੀ ਨੌਜਵਾਨਾਂ ਨੂੰ ਹੀ ਐਸਨੇ ਆਂ ਵੀ ਥੋੜਾ ਜਆ ਆਪਦੇ ਮਾਪਿਆਂ ਨੂੰ ਦੇਖ ਲੋ ਇਧਰ ਕੀ ਹਾਲ ਹੋਇਆ ਵੀ ਜੇ ਤੁਸੀਂ ਆਪਦੇ ਮਾਪਿਓ ਦੀ ਸਹੀ ਤਰ੍ਹਾਂ ਦੇਖਭਾਲ ਨਾ ਕਰੋਗੇ ਤੇ ਇਹੀ ਹਾਲ ਹੋਊਗਾ ਪਿੱਛੋਂ ਮਾਪਿਓ ਦਾ ਐਵੇਂ ਰੋਲਣਾ ਪੈਂਦਾ ਮਾਪਿਓ ਨੂੰ ਵੀ ਖਾਸ ਕਰਕੇ ਲੀਡਰਾਂ ਤੋਂ ਬਚ ਕੇ ਤੇ ਆਪ ਦੀ ਚੰਗੀ ਜ਼ਿੰਦਗੀ ਜਿਓ ਤੇ ਆਪ ਦਾ ਚੰਗਾ ਖਾਣ ਪੀਣ ਰੱਖੋ ਸਾਡੇ ਅੱਲੇ ਵੇਖਣਾ ਸੀ ਕਿਵੇਂ ਟਾਈਮ ਪਾਸ ਕਰਨਾ ਹੈ ਉਹ ਵੀ ਤੁਰ ਗਿਆ ਜਿਹੜਾ ਟਾਈਮ ਪਾਸ ਕਰਨ ਵਾਲਾ ਹੀ ਬਸ ਹੁੰਦਾ ਸਭ ਕੁਝ ਖਤਮ ਹੀ ਮਾਤਾ ਨਾਲ ਗੱਲਬਾਤ ਕੀਤੀ ਚਾਚੇ ਤਾਇਆ ਨਾਲ ਭਰਾ ਨਾਲ ਗੱਲਬਾਤ ਕੀਤੀ ਹੁਣ ਪੁੱਤ ਦੇ ਵਿਯੋਗ ਦੇ ਵਿੱਚ ਪਿਤਾ ਦਾ ਚਲੇ ਜਾਣਾ ਘਾਟਾ ਸੀਗਾ ਮਾਂ ਨੂੰ ਪਹਿਲਾਂ ਤਾਂ ਪੁੱਤ ਦਾ ਚਲੇ ਜਾਣਾ ਫਿਰ ਮਾਂ ਨੂੰ ਘਟਾ ਫਿਰ ਉਹਦੇ ਪਤੀ ਦਾ ਚਲੇ ਜਾਣਾ ਮਾਂ ਨੂੰ ਘਟਾ ਮਾਂ ਦੀ ਇਹ ਅਰਦਾਸ ਹੈ ਮਾਂ ਦੀ ਬੇਨਤੀ ਹੈ ਵੀ ਜਿਹੜੇ ਪੁੱਤ ਨੇ ਉਹ ਮਾਪਿਓ ਦੇ ਆਖੇ ਲੱਗਣ ਪਰਿਵਾਰ ਦਾ ਵੀ ਇਹ ਕਹਿਣਾ ਚਾਚੇ ਤਾਇਆ ਦਾ ਵੀ ਕਹਿਣਾ ਹੈ ਵੀ ਆਖੇ ਲੱਗਣ ਪਰਿਵਾਰ ਦੇ ਔਰ ਲੀਡਰਾਂ ਤੋਂ ਬਚਣ ਇਹ ਪਰਿਵਾਰ ਦਾ ਕਹਿਣਾ ਹੈ ਕਿਉਂਕਿ ਭਟਕਣਾ ਜਿਹੜੀ ਜ਼ਿੰਦਗੀ ਹੈ ਉਹ ਉਮਰ ਜਿਹੜੀ ਅਜਿਹੀ ਹੁੰਦੀ ਹੈ ਵੀ ਬੰਦਾ ਉਸ ਦੇ ਵਿੱਚ ਕੱਚੀ ਕੱਚੀ ਜਿਹੜੀ ਹੁੰਦੀ ਹੈ ਮਿੱਟੀ ਵਾਲਾ ਕੰਮ ਹੈ ਵੀ ਕਿਧਰੇ ਵੀ ਲੱਗ ਸਕਦਾ ਕਿਧਰੇ ਵੀ ਜਾ ਸਕਦਾ ਪਰ ਪਰਿਵਾਰ ਦਾ ਜਿਹੜਾ ਵਾ ਅਸਹਿਣਯੋਗ ਘਾਟਾ ਉਹ ਪਰਿਵਾਰ ਦੇ ਵਿੱਚ ਪੈ ਚੁੱਕਿਆ ਹੈ ਚਾਚੇ ਤਾਇਆ ਦੇ ਵਿੱਚ ਪੈ ਚੁੱਕਿਆ ਹੈ ਮਾਂ ਦੇ ਲਈ ਅਸਹਿਣਯੋਗ ਜਿਹੜਾ ਘਾਟਾ ਹੈ ਪੁੱਤ ਦਾ ਚਲੇ ਜਾਣਾ ਤੇ ਉਹਦੇ ਪਤੀ ਦਾ ਚਲੇ ਜਾਣਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਇੰਨੇ ਨਾਲ ਵਿਦਾ ਲੈਣਾ ਆ ਖੇਮਾ ਦਾ ਜਾਚਕਾ ਜੇ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਮਨਜੋਤ ਮਾਜਰਾ ਕੈਮਰਾਮੈਨ ਅਮਿਤ ਕੁਮਾਰ ਦੇ ਨਾਲ ਧੰਨਵਾਦ